स्वागत है जी ਹਵਾ ਟਾਈਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਜਿੱਦਾਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ ਵੱਖ ਵਿਸ਼ਿਆਂ ਦੇ ਉੱਤੇ ਜਾਂ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਕੋਈ ਨਾ ਕੋਈ ਨਾਮਣਾ ਖੱਟਿਆ ਹੁੰਦਾ। ਦੋਸਤੋ, ਅੱਜ ਅਸੀਂ ਇੱਕ ਬੜੇ ਗੰਭੀਰ ਵਿਸ਼ੇ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਇਹਦੇ ਵਿੱਚ ਪਾਰਟੀਸਪੇਟ ਜ਼ਰੂਰ ਕਰੋ। ਬਹੁਤ ਸਾਰੇ ਮਸਲੇ ਨੇ ਸਾਡੀ ਕਮਿਊਨਿਟੀ ਦੇ, ਪੰਜਾਬੀਆਂ ਦੇ, ਚਾਹੇ ਅਸੀਂ ਪੰਜਾਬ ਵਿੱਚ ਰਹਿੰਦੇ ਸੀ ਚਾਹੇ ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਆਏ ਹਾਂ। ਪੰਜਾਬੀ ਖਾਸ ਤੌਰ 'ਤੇ ਪਹਿਲੀ ਗੱਲ ਕਿ ਅਸੀਂ ਕੋਮਲ ਕਲਾਵਾਂ ਤੋਂ ਕਿਤੇ ਨਾ ਕਿਤੇ ਦੂਰ ਹੋ ਗਏ ਹਾਂ, ਫਾਈਨ ਆਰਟ ਤੋਂ। ਉਹਦੇ ਵਿੱਚ ਸਾਡਾ ਪੁਸਤਕ ਸੱਭਿਆਚਾਰ ਵੀ ਸ਼ਾਮਿਲ ਆ। ਬਹੁਤ ਵੱਡੇ ਵੱਡੇ ਘਰ ਨੇ ਇੱਥੇ, ਪਰ ਉਹਨਾਂ ਦੇ ਵਿੱਚ ਕਿਤਾਬਾਂ ਬਹੁਤ ਘੱਟ ਨਜ਼ਰ ਆਉਂਦੀਆਂ। ਘਰ ਬਹੁਤ ਵੱਡਾ ਹੁੰਦਾ, ਕਿਤਾਬਾਂ ਬਹੁਤ ਘੱਟ ਨੇ, ਜਾਂ ਤਾਂ ਪੜ੍ਹਨ ਦਾ ਸਮਾਂ ਨਹੀਂ ਜਾਂ ਪੜ੍ਹਨ ਦੀ ਰੁਚੀ ਨਹੀਂ। ਕੀ ਕਾਰਨ ਆ ਕਿ ਅਸੀਂ ਪੰਜਾਬ ਦੇ ਵਿੱਚ ਵੀ ਇੱਥੇ ਵੀ, ਇੱਥੇ ਆ ਕੇ ਥੋੜ੍ਹੇ ਜਿਹੇ ਹਾਲਾਤ ਚੰਗੇ ਹੋਏ ਆ, ਲਾਇਬ੍ਰੇਰੀ ਜ਼ਿਆਦਾ ਉਪਲਬਧ ਨੇ, ਉੱਥੇ ਸਾਨੂੰ ਪੜ੍ਹਨ ਦੀ ਰੁਚੀ ਵੀ ਪਈ ਆ, ਪਰ ਇੱਕ ਗੱਲ ਬਾਕੀ ਭਾਰਤ ਦੇ ਬਾਕੀ ਪ੍ਰਾਂਤਾਂ ਦੇ ਮੁਕਾਬਲੇ ਜਦੋਂ ਅਸੀਂ ਦੇਖਦੇ ਹਾਂ, ਪੰਜਾਬ ਦੇ ਵਿੱਚ ਕਿਤਾਬ ਪੜ੍ਹਨ ਦੀ ਜਿਹੜੀ ਰੁਚੀ ਆ ਉਹ ਬਹੁਤ ਘੱਟ ਆ। ਦੋਸਤੋ, ਪਹਿਲੀ ਗੱਲ ਤਾਂ ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ? ਦੂਜੀ ਗੱਲ, ਜੇ ਸਹਿਮਤ ਹੋ ਤਾਂ ਇਹਦਾ ਕਾਰਨ ਕੀ ਆ? ਸ਼ਾਇਦ ਅਸੀਂ ਸ਼ਰਾਬ ਦੀ ਬੋਤਲ ਮਹਿੰਗੀ ਖਰੀਦਣ ਲੱਗੇ ਇੰਨਾ ਹਿਚਕਚਾਉਂਦੇ ਨਹੀਂ ਜਿੰਨਾ ਅਸੀਂ ਇੱਕ ਕਿਤਾਬ ਖਰੀਦਣ ਲੱਗੇ ਜਾਂ ਹੋਰ ਚੀਜ਼ ਖਰੀਦਣ ਲੱਗੇ ਹਾਂ ਹਿਚਕਚਾਉਂਦੇ। ਇਹਦਾ ਕਾਰਨ ਕੀ ਆ? ਅਸੀਂ ਉਸ ਕਿਤਾਬਾਂ ਪੜ੍ਹਨ ਦੀ ਰੁਚੀ ਤੋਂ ਪਰੇ ਕਿਉਂ ਹੋਏ ਹਾਂ ਜਾਂ ਉਨੀ ਰੁਚੀ ਸਾਡੇ ਵਿੱਚ ਕਿਉਂ ਨਹੀਂ ਆ? ਬਹੁਤ ਵੱਡੇ ਪ੍ਰਕਾਸ਼ਕ ਨੇ ਪੰਜਾਬੀ ਦੇ, ਚੇਤਨਾ ਪਬਲੀਕੇਸ਼ਨ ਤੁਸੀਂ ਸੁਣਿਆ ਹੋਊਗਾ ਲੁਧਿਆਣੇ ਦੇ ਵਿੱਚ, ਸਤੀਸ਼ ਗੁਲਾਟੀ ਜੀ, ਉਹਨਾਂ ਨੇ ਇੱਥੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਆ ਸਰੀ ਦੇ ਵਿੱਚ। ਹਰ ਸਾਲ ਆਉਂਦੇ ਨੇ, ਪਿਛਲੇ 12-13 ਸਾਲ ਤੋਂ ਪੂਰੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ ਆਪਣੀਆਂ ਕਿਤਾਬਾਂ ਲੈ ਕੇ ਜਾਂਦੇ ਨੇ, ਲੋਕ ਕਿਤਾਬਾਂ ਖਰੀਦਦੇ ਨੇ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਉਹ ਵੀ ਅੱਜ ਸਾਡੇ ਨਾਲ ਨੇ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤੀਸ਼ ਜੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਧੰਨਵਾਦ ਜੀ। ਸਤੀਸ਼ ਜੀ, ਤੁਸੀਂ ਪ੍ਰਕਾਸ਼ਨ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋ, ਬਹੁਤ ਪ੍ਰਸਿੱਧ ਕਿਤਾਬਾਂ, ਕਿੰਨੇ ਟਾਈਟਲ ਤੁਸੀਂ ਛਾਪੇ ਆ। ਹਰ ਸਾਲ ਤੁਸੀਂ ਕੈਨੇਡਾ, ਅਮੈਰੀਕਾ ਦੇ ਵਿੱਚ ਆਪਣੀਆਂ ਕਿਤਾਬਾਂ ਲੈ ਕੇ ਆਉਂਦੇ ਹੋ, ਕਿਤਾਬਾਂ ਪਹੁੰਚਾਉਂਦੇ ਹੋ ਇੱਥੇ ਦੇ ਪਾਠਕਾਂ ਤੱਕ। ਤੁਹਾਨੂੰ ਲੱਗਦਾ ਕਿ ਪੰਜਾਬੀਆਂ ਦੇ ਵਿੱਚ ਪੁਸਤਕ ਸੱਭਿਆਚਾਰ ਦੀ ਕਮੀ ਆ ਜਾਂ ਕਿਤਾਬਾਂ ਨੂੰ ਪੜ੍ਹਨ ਦੀ ਕਿਤੇ ਨਾ ਕਿਤੇ ਘਾਟ ਆ? ਜਸਕਰਨ ਜੀ, ਇਸ ਤਰ੍ਹਾਂ ਕਿ ਪੰਜਾਬੀ ਸੱਭਿਆਚਾਰ ਦੀ ਆਪਾਂ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਕੰਨ ਰਸ ਦਾ ਆਦੀ ਹੈ, ਪੜ੍ਹਨ ਦਾ ਆਦੀ ਹੈ ਹੀ ਨਹੀਂ ਉਹ। ਅੱਛਾ ਜੀ। ਜੇ ਪੰਜਾਬ ਦੀ ਗੱਲ ਕਰੀਏ ਤਾਂ 10 ਲੱਖ ਅਖਬਾਰ ਛਪਦਾ ਹੈ ਅਤੇ ਉਹਦੇ ਵਿੱਚੋਂ 2.5 ਕਰੋੜ ਦੀ ਆਬਾਦੀ ਦੇ ਵਿੱਚ 10 ਲੱਖ ਅਖਬਾਰ ਪੜ੍ਹਿਆ ਜਾਂਦਾ, ਮਤਲਬ ਉਹਦੀ 2% ਐਵਰੇਜ ਪੈਂਦੀ ਹੈ ਜੀ। ਜੇ ਲਿਟਰੇਚਰ ਦੀ ਵੀ ਗੱਲ ਕਰੀਏ, ਹਾਲਾਂਕਿ ਅਖਬਾਰਾਂ ਦੇ ਰਾਜ ਵਿੱਚ ਬਹੁਤ ਸਾਰੇ ਰਿਵਿਊ ਛਪਦੇ ਨੇ, ਆਰਟੀਕਲ ਛਪਦੇ ਨੇ, ਬਿਲਕੁਲ, ਅਤੇ ਉਹ 10 ਤੋਂ 15 ਹਜ਼ਾਰ ਲੋਕ ਜਿਹੜੇ ਸਾਹਿਤ ਪੜ੍ਹਨ ਵਾਲੇ ਹੈਗੇ ਨੇ, ਜਿਹੜੇ ਉਹ ਅਖਬਾਰਾਂ ਰਾਹੀਂ ਸਾਹਿਤ ਪੜ੍ਹਦੇ ਨੇ ਜੀ। ਜੇ ਕਿਤਾਬ ਦੀ ਗੱਲ ਕਰੀਏ ਤਾਂ ਉਹੀ 2% ਹੀ ਆਉਂਦੀ ਹੈ, ਇੱਕ ਐਡੀਸ਼ਨ ਕਿਤਾਬ ਦਾ ਪਬਲਿਸ਼ ਹੁੰਦਾ ਹੈ, ਜਿਹੜੇ ਵੱਡੇ ਲੇਖਕ ਨੇ ਉਹਨਾਂ ਦਾ 6 ਮਹੀਨੇ ਸਾਲ 'ਚ ਖਤਮ ਹੋ ਜਾਂਦਾ, ਦੂਸਰਿਆਂ ਨੂੰ 5 ਤੋਂ 10 ਸਾਲ ਲੱਗ ਜਾਂਦੇ ਨੇ ਜੀ। ਕੁਛ ਤਾਂ ਖਤਮ ਹੀ ਨਹੀਂ ਹੁੰਦਾ, ਖਤਮ ਹੀ ਨਹੀਂ, ਔਰ ਕਈਆਂ ਦੀ ਇਹ ਕੰਪਲੇਂਟ ਹੁੰਦੀ ਹੈ ਕਿ ਕਿਤਾਬ ਛਪਦੀ ਬਹੁਤ ਘੱਟ ਹੈ, ਕਿਉਂਕਿ ਨਵੇਂ ਲੇਖਕ ਦੀ ਕਿਤਾਬ ਉਹੀ 500-600-600 ਤੱਕ ਰਹਿ ਜਾਂਦੀ ਹੈ, ਜਿਹੜੇ ਮੀਡੀਓਕਰ ਕਿਸਮ ਦੇ ਜਿਨ੍ਹਾਂ ਦੀ ਥੋੜ੍ਹੀ ਬਹੁਤੀ ਪਛਾਣ ਬਣੀ ਹੋਈ ਹੈ ਉਹਨਾਂ ਦੀ 1100 ਛਪ ਜਾਂਦੀ ਹੈ, ਕੁਛ ਲੇਖਕ ਨੇ ਜਿਨ੍ਹਾਂ ਦੀ 2200 ਜਾਂ ਉਸ ਤੋਂ ਜ਼ਿਆਦਾ ਛਪਦੀ ਹੈ, ਅਤੇ ਐਵਰੇਜ 2-3% ਹੀ ਆਉਂਦੀ ਹੈ। ਅਤੇ ਜੇ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਤਾਂ ਉਹੀ ਕੰਨ ਰਸ ਦੇ ਆਦੀ ਹੈ, ਅਸੀਂ ਪੜ੍ਹਨ ਦੇ ਆਦੀ ਹੈ ਹੀ ਨਹੀਂ ਸ਼ੁਰੂ ਤੋਂ ਜੀ। ਜੀ ਸਵਾਗਤ ਹੈ ਜੀ, ਜੀ ਆਇਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਤੇ? ਹਾਂਜੀ, ਮੈਂ ਇਕਬਾਲ ਰਾਮੂਵਾਲੀਆ ਬੋਲਦਾ ਜੀ। ਜੀ ਰਾਮੂਵਾਲੀਆ ਸਾਹਿਬ, ਜੀ ਆਇਆਂ ਨੂੰ ਜੀ। ਹਾਂਜੀ, ਪਹਿਲਾਂ ਤਾਂ ਮੈਂ ਸਤੀਸ਼ ਹੋਣਾ ਨੂੰ ਜੀ ਆਇਆਂ ਕਹਿੰਦਾ, ਬੜੇ ਪਿਆਰੇ ਮਿੱਤਰ ਆ ਸਾਡੇ, ਔਰ ਬੜੀਆਂ ਇਹਨਾਂ ਨੇ ਖੂਬਸੂਰਤ ਕਿਤਾਬਾਂ ਛਾਪੀਆਂ, ਬੜੀ ਸੇਵਾ ਇਹਨਾਂ ਦੀ, ਅਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਵਿਸ਼ਾ ਬਹੁਤ ਚੰਗਾ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਬੜੀ ਘਾਟ ਹੈ ਸਾਡੇ ਪੰਜਾਬੀਆਂ ਦੇ ਵਿੱਚ, ਵੀ ਅਸੀਂ ਪੈਸੇ ਹੋਰ ਚੀਜ਼ਾਂ 'ਤੇ ਬਹੁਤ ਖਰਚ ਕਰ ਦਿੰਦੇ ਹਾਂ ਜੀ। ਸ਼ਰਾਬ ਵੀ ਬੜੀ ਪੀਂਦੇ ਲੋਕ, ਤੇ ਆਪਣਾ ਕਾਰਾਂ ਵੀ ਵਧੀਆ ਖਰੀਦ ਲੈਂਦੇ ਆ, ਫਜ਼ੂਲ ਖਰਚੀ ਵੀ ਕਰ ਲੈਂਦੇ, ਲੇਕਿਨ ਕਿਤਾਬਾਂ ਨਹੀਂ ਖਰੀਦਦੇ। ਜਦੋਂ ਵੀ ਕਿਤਾਬਾਂ ਜਿਹੜੀਆਂ ਉਹ ਸਾਡੇ ਜੀਵਨ ਲਈ, ਸਾਡੇ ਭਵਿੱਖ ਲਈ, ਸਾਡੇ ਬੱਚਿਆਂ ਲਈ, ਸਾਡੇ ਆਲੇ ਦੁਆਲੇ ਲਈ, ਸਾਨੂੰ ਚੰਗੇ ਇਨਸਾਨ ਬਣਾਉਣ ਲਈ ਸਾਡੀ ਮਦਦ ਕਰਦੀਆਂ, ਤੇ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਕਿਤਾਬਾਂ ਲੋਕ ਪੜ੍ਹਨ ਜੀ। ਇਕਬਾਲ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਵਾਲ ਬਹੁਤ ਵਧੀਆ ਕੀਤਾ। ਇਹਨਾਂ ਦੀਆਂ ਆਪਣੀਆਂ ਕਿਤਾਬਾਂ ਵੀ ਅਸੀਂ ਪਬਲਿਸ਼ ਕੀਤੀਆਂ ਨੇ, ਬਹੁਤ ਇੱਕ ਪਾਸਪੋਰਟ ਦੀ, ਬਿਲਕੁਲ, ਇਹਨਾਂ ਦੀ ਇੱਕ ਜੀਵਨੀ, ਜੀਵਨੀ ਦਾ ਪਹਿਲਾ ਭਾਗ ਪਬਲਿਸ਼ ਕੀਤਾ, ਇਹਨਾਂ ਦੇ ਫਾਦਰ ਸਾਹਿਬ ਦੀ ਕਿਤਾਬ ਵੀ ਅਸੀਂ ਪਬਲਿਸ਼ ਕੀਤੀ ਹੈ ਜੀ, ਤੇ ਬਹੁਤ ਵਧੀਆ ਲਿਖ ਰਹੇ ਨੇ, ਇਹ ਨਾਵਲ ਲਿਖਿਆ ਇਹਨਾਂ ਨੇ। ਅਤੇ ਮੈਂ ਟੋਟਲ ਦੀ ਜੇ ਗੱਲ ਕਰਾਂ, ਜਿਹੜੇ ਕੈਨੇਡਾ ਦੇ ਵਿੱਚ ਲੇਖਕ ਨੇ, ਅਤੇ ਕੈਨੇਡਾ ਦੇ ਲੇਖਕਾਂ ਦੀਆਂ 80% ਕਿਤਾਬਾਂ ਅਸੀਂ ਪਬਲਿਸ਼ ਕੀਤੀਆਂ ਨੇ ਜੀ, ਇਹ ਸਾਡੇ ਲਈ ਵੀ ਫਖਰ ਦੀ ਗੱਲ ਆ, ਔਰ ਜਿਹੜੇ ਪਾਠ ਜਿਹੜੇ ਲੇਖਕ ਨੇ ਉਹ ਵੀ ਸਾਡਾ ਮਾਨ ਸਤਿਕਾਰ ਕਰਦੇ ਨੇ, ਇਸ ਕਰਕੇ ਕਿ ਅਸੀਂ ਵੱਧ ਤੋਂ ਵੱਧ ਸਾਹਿਤ ਪਬਲਿਸ਼ ਕੀਤਾ। ਜਸਕਰਨ ਜੀ, ਕਿ ਅਸੀਂ 3000 ਟਾਈਟਲ ਹੁਣ ਤੱਕ ਪ੍ਰਕਾਸ਼ਿਤ ਕਰ ਚੁੱਕੇ ਹਾਂ।
अच्छा जी 1998 ਦੇ ਵਿੱਚ ਅਸੀਂ 1997 ਦੇ ਵਿੱਚ ਅਸੀਂ ਪਹਿਲੇ 5 ਕਿਤਾਬਾਂ ਦਾ ਸੈੱਟ ਲੈ ਕੇ ਆਏ ਸੀ ਜੀ ਅਸੀਂ ਲੋਕਾਂ 'ਚ ਗਏ ਜਗ੍ਹਾ ਜਗ੍ਹਾ ਪਿੰਡਾਂ ਦੇ ਵਿੱਚ ਉਦੋਂ ਮੇਰੇ ਕੋਲ ਸਕੂਟਰ ਸੀ ਸਕੂਟਰ 'ਤੇ ਜਿੰਨਾ ਜ਼ਿਆਦਾ ਜਾ ਸਕਦੇ ਸੀ ਜੀ ਲੁਧਿਆਣੇ ਤੋਂ ਅਬੋਹਰ ਤੱਕ ਲੁਧਿਆਣੇ ਤੋਂ ਪਠਾਨਕੋਟ ਤੱਕ ਅਸੀਂ ਜਿੱਥੇ ਵੀ ਸਹਿਤ ਸਭਾ ਦਾ ਕੋਈ ਸਮਾਗਮ ਹੁੰਦਾ ਸੀ ਅਸੀਂ ਉੱਥੇ ਜਾਂਦੇ ਸੀ ਜੀ ਅਤੇ ਉਹ 5 ਕਿਤਾਬਾਂ ਹੌਲੀ ਹੌਲੀ ਉਹ ਜਦੋਂ ਉਹਨਾਂ ਦਾ ਰਿਸਪੌਂਸ ਮਿਲਿਆ ਸਾਨੂੰ ਅਤੇ 5 ਤੋਂ 10 ਹੋ ਗਈਆਂ 10 ਤੋਂ 20 ਹੋ ਗਈਆਂ ਔਰ 1 ਸਾਲ ਦੇ ਵਿੱਚ ਹੀ ਅਸੀਂ 60-70 ਕਿਤਾਬਾਂ ਪਹਿਲੇ ਸਾਲ ਪ੍ਰਕਾਸ਼ਿਤ ਕੀਤੀਆਂ ਸੀ ਜੀ ਔਰ ਉਸ ਤੋਂ ਬਾਅਦ ਹੁਣ ਹਾਲਤ ਇਹ ਹੈ ਕਿ 250 ਕਿਤਾਬ ਸਾਡੀ ਹਰ ਸਾਲ ਆਉਂਦੀ ਹੈ ਔਰ 3000 ਟਾਈਟਲ ਸਾਡੇ ਹੋ ਚੁੱਕੇ ਆ ਉਹ 'ਚ 90% ਕਿਤਾਬਾਂ ਪੰਜਾਬੀ ਸਾਹਿਤ ਦੀਆਂ ਨੇ ਜੀ ਜਿੰਨੇ ਵੱਡੇ ਲੇਖਕਾਂ ਦੀ ਅਸੀਂ ਗੱਲ ਕਰੀਏ ਜਿੰਨੇ ਜਿਨ੍ਹਾਂ ਨੂੰ ਅਸੀਂ ਪੜ੍ਹ ਪੜ੍ਹ ਕੇ ਵੱਡੇ ਹੋਏ ਹਾਂ ਜੀ 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 ਮਸਲਨ ਕਿ ਗੁਰਸ਼ਰਨ ਭਾਜੀ ਜੀ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਅਸੀਂ ਪਬਲਿਸ਼ ਕੀਤੀਆਂ ਕੇਵਲ ਧਾਲੀਵਾਲ ਸਵਰਾਜ ਵੀਰ ਜੀ ਜਾਂ ਕੇ ਐਲ ਗਰਗ ਮੋਹਨ ਕਾਲੋ ਜਿਵੇਂ ਇਕਬਾਲ ਜੀ ਨੇ ਜ਼ਿਕਰ ਕੀਤਾ ਉਸ ਤੋਂ ਪਹਿਲਾਂ ਬਲਦੇਵ ਸਿੰਘ ਸੜਕਨਾਮਾ ਉਹਨਾਂ ਦੀਆਂ ਕਿਤਾਬਾਂ ਪਬਲਿਸ਼ ਕੀਤੀਆਂ ਪਰਮਿੰਦਰ ਸੋਢੀ ਦੀਆਂ ਕਰਗੀ 16 ਕਿਤਾਬਾਂ ਅਸੀਂ ਪਬਲਿਸ਼ ਕੀਤੀਆਂ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੇਖਕ ਨੇ ਜੇ ਆਪਾਂ ਲਿਸਟ ਕਰਾਂਗੇ ਤਾਂ ਬਹੁਤ ਲੰਬੀ ਲਿਸਟ ਹੈ ਜੀ ਉਹ ਸਾਰੇ ਘੱਟੋ ਘੱਟ 800 ਦੇ ਕਰੀਬ ਲੇਖਕ ਨੇ ਕੈਨੇਡਾ ਦੇ ਵੀ ਅਮਰੀਕਾ ਦੇ ਵੀ ਔਰ ਇੰਡੀਆ ਦੇ ਵੀ ਇੰਗਲੈਂਡ ਦੇ ਜਾਂ ਹੋਰ ਜਿਹੜੇ ਜਿਹੜੇ ਮੁਲਕਾਂ 'ਚ ਰਹਿੰਦੇ ਨੇ ਜੀ ਜੀ ਮੈਂ ਮਾਫੀ ਚਾਹੁੰਦਾ ਇੱਕ ਕਾਲਰ ਸਾਡੇ ਨਾਲ ਜੀ ਸਵਾਗਤ ਹੈ ਜੀ ਜੀ ਆਇਆਂ ਨੂੰ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਨੂੰ ਇੱਦਾਂ ਲੱਗਦਾ ਵੀ ਅਸੀਂ ਜਿਹੜੇ ਪੰਜਾਬੀ ਆ ਨਾ ਪੰਜਾਬੀ ਸੱਭਿਆਚਾਰ ਵਾਲੇ ਅਸੀਂ ਜ਼ਿਆਦਾ ਉਲਝਾਂ ਮਾਇਆ ਦੇ ਪਿੱਛੇ ਦੂਸਰਾ ਗੱਲ ਇਹ ਹੋ ਗਈ ਕਿ ਐਂਟਰਟੇਨਮੈਂਟ ਦੇ ਜਗਾੜ ਬਹੁਤ ਬਣ ਗਿਆ ਜੀ ਹਰੇਕ ਬੰਦਾ ਆਪਣੇ ਹੱਥ 'ਚ ਸਮਾਨ ਲੈ ਕੇ ਬੈਠਾ ਉਹਨੂੰ ਹੀ ਫੋਲੀ ਜਾਂਦਾ ਘਰ ਦੇ ਵੀ ਇੱਕ ਦੂਜੇ ਨਾਲ ਗੱਲਾਂ ਨਹੀਂ ਕਰਦੇ ਪੜ੍ਹਨ ਦੀ ਤਾਂ ਗੱਲ ਬਹੁਤ ਦੂਰ ਦੀ ਰਹਿ ਗਈ ਆਪੋ ਆਪਣਾ ਲੈਪਟਾਪ ਆਪੋ ਆਪਣਾ ਆਈਪੋਡ ਆਪੋ ਆਪਣਾ ਟੀਵੀ ਲੈ ਕੇ ਸਾਰੇ ਬੈਠੇ ਆ ਇਸ ਕਰਕੇ ਅਸੀਂ ਇਹ ਤੋਂ ਦੂਰ ਚੱਲ ਗਏ ਦੂਜੇ ਅਸੀਂ ਮਾਇਆ ਦੇ ਵਿੱਚ ਜ਼ਿਆਦਾ ਉਲਝ ਗਏ ਪਰ ਇੱਕ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੰਕਤੀ ਯਾਦ ਆਉਣ ਲਈ ਹੈ ਪਰ ਜੇ ਉਹ ਤੇ ਸਾਰੇ ਅਸਰ ਕਰ ਲੈਣ ਤੇ ਵਧੀਆ ਹੋ ਜੂ ਜੀ ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪ੍ਰਾਣ ਮਨ ਸਮਝਾਵਣ ਕਾਰ ਨੇ ਕੁਛ ਇੱਕ ਪੜ੍ਹੀਏ ਗਿਆਨ ਜੇ ਬਾਬੇ ਨਾਨਕ ਦੀ ਬਾਣੀ ਤੋਂ ਲੱਗ ਕੇ ਇਹੋ ਜਿਹੇ ਲੇਖਕਾਂ ਸਾਰਿਆਂ ਦੀਆਂ ਕਿਤਾਬਾਂ ਪੜ੍ਹੀਆਂ ਜਾਣ ਤੇ ਹੋਸ਼ ਖੁੱਲ੍ਹ ਜਾਏ ਜੀਵਨ ਬਣ ਜਾਂਦਾ ਜੀ ਔਰ ਮੈਨੂੰ ਇਹ ਆਦਤ ਆ ਪੜ੍ਹਨ ਦੀ ਔਰ ਮੈਂ ਸਾਰੀ ਬਾਣੀ ਤੇ ਕਾਫੀ ਬੁੱਕਾਂ ਘਰ 'ਚ ਰੱਖੀਆਂ ਨੇ ਬਹੁਤ ਵਧੀਆ ਸਵਾਦ ਆ ਜੀ ਜਿਹਨੂੰ ਪੈ ਜੇ ਇਹ ਪਰ ਇਹ ਪੈਂਦਾ ਕਿਸਮਤ ਵਾਲੇ ਨੂੰ ਹੀ ਆ ਜੀ ਨਹੀਂ ਤਾਂ ਸਾਰਿਆਂ ਨੂੰ ਆਈਪੋਡ ਲੈਪਟਾਪ ਬਿਸਕੀ ਦਾ ਪੈਗ ਮੁਰਗੀ ਦੀ ਲੱਤ ਇਹ ਸਾਰਿਆਂ ਨੂੰ ਪੈ ਜਾਂਦੇ ਜੀ ਜੀ ਚੰਗੇ ਭਾਗ ਹੋਣ ਤੇ ਪੜ੍ਹਨ ਦੀ ਆਦਤ ਪੈਂਦੀ ਜੀ ਇਸ ਕਰਕੇ ਜਿਹੜਾ ਆਪਣੇ ਚੰਗੇ ਭਾਗਾਂ ਨੂੰ ਖੋਜਣਾ ਚਾਹੁੰਦਾ ਉਹ ਥੋੜਾ ਬਹੁਤਾ ਗਿਆਨ ਪੜ੍ਹਨਾ ਸ਼ੁਰੂ ਕਰੇ ਜੀ ਬਿਲਕੁਲ ਠੀਕ ਗੱਲ ਹੈ ਓਕੇ ਬਾਏ ਜੀ ਬਿਲਕੁਲ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਵਾਲ ਬੜਾ ਵਧੀਆ ਸੀ ਮੈਂ ਉਸੇ ਸਵਾਲ ਦੀ ਪਹਿਲੇ ਤੇ ਗੱਲ ਕਰ ਰਿਹਾ ਸੀਗਾ ਕਿ ਅਸੀਂ ਜਦੋਂ ਇੰਨੀਆਂ ਕਿਤਾਬਾਂ ਲੈ ਕੇ ਲੋਕਾਂ 'ਚ ਜਾਂਦੇ ਹਾਂ ਜਾਂ ਵੱਡੇ ਲੇਖਕਾਂ ਦੀਆਂ ਕਿਤਾਬਾਂ ਪਬਲਿਸ਼ ਕਰਦੇ ਸੀ ਕਿਉਂ ਕਰਦੇ ਹਾਂ ਸਵਾਲ ਤਾਂ ਇਹ ਆਉਂਦਾ ਜੀ ਜੀ ਕਿਉਂਕਿ ਸਾਡਾ ਬਚਪਨੇ ਦੇ ਵਿੱਚੋਂ ਗੁਜ਼ਰਿਆ ਜੀ ਮੈਨੂੰ ਯਾਦ ਹੈ ਮੈਂ 3ਜੀ 4ਵੀਂ ਕਲਾਸ 'ਚ ਪੜ੍ਹਦਾ ਸੀ ਅਤੇ ਸਾਡੇ ਘਰੇ ਸਵਾਏ ਕਿਤਾਬਾਂ ਤੋਂ ਹੋਰ ਕੁਛ ਨਹੀਂ ਸੀ ਜੀ ਜੀ ਇਹ ਗੱਲ ਬਹੁਤ ਮਹੱਤਵ ਰੱਖਦੀ ਹੈ ਲੇਖਕ ਦਾ ਪੁੱਤਰ ਹੈ ਸ਼ਾਹ ਚਮਨ ਜੀ ਦਾ ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਵੀ ਮਿਲਿਆ ਉਹਨਾਂ ਨੇ ਨਾਵਲ ਵੀ ਲਿਖੇ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਦਾ ਅਨੁਵਾਦ ਵੀ ਕੀਤਾ ਕਿਉਂਕਿ ਉਸੇ ਮਾਹੌਲ ਦੇ ਵਿੱਚੋਂ ਅਸੀਂ ਗੁਜ਼ਰੇ ਇਸ ਤਰ੍ਹਾਂ ਸਰ ਮੈਂ ਹੀ ਨਹੀਂ ਬਹੁਤ ਸਾਰੇ ਅਧਿਆਪਕਾਂ ਦੇ ਬੱਚੇ ਨੇ ਬਹੁਤ ਸਾਰੇ ਲੇਖਕਾਂ ਦੇ ਬੱਚੇ ਜਿਹੜੇ ਉਹਨਾਂ ਦੇ ਵਿੱਚੋਂ ਦੀ ਲੰਘੇ ਨੇ ਤੇ ਜਾਂ ਜਿਨ੍ਹਾਂ ਨੇ ਉਹ ਲੈਫਟ ਦਾ ਦੌਰ ਰਿਹਾ ਇੱਕ 70ਵੇਂ ਦਹਾਕੇ ਦੇ ਵਿੱਚ ਜਿਨ੍ਹਾਂ ਨੇ ਲੈਫਟ ਦਾ ਸਾਹਿਤ ਪੜ੍ਹਿਆ ਫਾਰ ਐਗਜ਼ਾਮਪਲ ਕਿ ਰਸ਼ੀਅਨ ਸਾਹਿਤ ਸਾਡੇ ਕੋਲ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੇ ਉਹ ਪੜ੍ਹਿਆ ਉਹ ਉਸੇ ਧਾਰਾ ਦੇ ਵਿੱਚ ਫਿਰ ਉਹ ਸੈਂਸਿਟਿਵ ਹੋ ਗਏ ਸੈਂਸਿਟਿਵ ਹੋਣ ਦੇ ਨਾਲ ਉਹਨਾਂ ਨੇ ਸਾਹਿਤ ਪੜ੍ਹਨਾ ਸ਼ੁਰੂ ਕਰਤਾ ਜੀ ਸਾਡੇ ਪਾਠਕ ਵੀ ਬਹੁਤ ਲੋਕਾਂ ਦਾ ਆਮ ਲੋਕਾਂ ਦੀ ਗੱਲ ਸਹੀ ਹੈ ਜਿਵੇਂ ਪਹਿਲੇ ਸਾਡੇ ਕਾਲਰ ਸੀ ਇਕਬਾਲ ਰਾਮੂ ਵਾਲੇ ਹੁਣੀ ਕਿਹਾ ਇਹ ਗੱਲ ਸਤੀਸ਼ ਜਿਵੇਂ ਉਹਨਾਂ ਨੇ ਵੀ ਕਿਹਾ ਆਮ ਤੌਰ 'ਤੇ ਲੋਕ ਕਹਿੰਦੇ ਵੀ ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੇ ਵਿੱਚ ਰੁਚੀ ਹੈ ਨਹੀਂ ਪਰ ਇੱਥੇ ਜਾਂ ਘੱਟ ਆ ਪਰ ਇੱਕ ਗੱਲ ਬੜੀ ਅਜੀਬ ਲੱਗਦੀ ਆ ਕਿ ਤੁਸੀਂ ਲੁਧਿਆਣੇ ਤੋਂ ਕਿਤਾਬਾਂ ਲੈ ਕੇ ਕੈਨੇਡਾ ਅਮਰੀਕਾ ਦੇ ਵਿੱਚ ਆਉਂਦੇ ਹੋ ਇੱਥੇ ਲੋਕ ਖਰੀਦਦੇ ਆ ਇਹਦਾ ਮਤਲਬ ਇਹਦਾ ਇੱਕ ਬਿਜ਼ਨਸ ਹੈਗਾ ਇਹਦੀ ਇੱਕ ਮਾਰਕੀਟ ਹੈਗੀ ਹੈ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਇੱਥੇ ਖਰੀਦਦੇ ਆ ਜਿੱਥੇ ਵੀ ਅਸੀਂ ਕਿਤਾਬ ਲੈ ਕੇ ਜਾਂਦੇ ਹਾਂ ਉੱਥੇ ਕਿਤਾਬ ਐਕਚੁਅਲ ਹੁੰਦਾ ਕੀ ਹੈ ਕਿ ਸਾਡੇ ਜਿਹੜੇ ਮਿਡਲ ਕਲਾਸ ਦਾ ਜਿਹੜਾ ਬਜਟ ਹੈ ਨਾ ਜੀ ਜੀ ਉਹ ਜਦੋਂ ਸ਼ੋਪਿੰਗ ਕਰਨ ਜਾਂਦੇ ਆ ਗਰੋਸਰੀ ਲੈਣ ਜਾਂਦੇ ਉਹ 'ਚ ਕਿਤਾਬ ਨਹੀਂ ਸ਼ਾਮਿਲ ਹੁੰਦੀ ਬਿਲਕੁਲ ਵੀ ਕਿਤਾਬ ਉਦੋਂ ਹੀ ਸ਼ਾਮਿਲ ਹੁੰਦੀ ਜਦੋਂ ਕਿਤਾਬ ਤੁਹਾਡੇ ਸਾਹਮਣੇ ਆਉਂਦੀ ਹੈ ਓਕੇ ਜਦੋਂ ਅਸੀਂ ਕਿਤੇ ਐਗਜੀਬਿਸ਼ਨ ਲਾਉਂਦੇ ਹਾਂ ਜਦੋਂ ਕੋਈ ਮੇਲਾ ਚੱਲ ਰਿਹਾ ਹੁੰਦਾ ਕਿਤੇ ਸੱਭਿਆਚਾਰਕ ਮੇਲਾ ਚੱਲ ਰਿਹਾ ਜਾਂ ਪੁਸਤਕ ਐਗਜੀਬਿਸ਼ਨ ਹੈ ਜਾਂ ਕਿਤੇ ਕੋਈ ਲਿਟਰੇਰੀ ਸਮਾਗਮ ਹੋ ਰਿਹਾ ਸਾਹਿਤਕ ਸਮਾਗਮ ਹੋ ਰਿਹਾ ਤੇ ਜਦੋਂ ਸਾਹਮਣੇ ਕਿਤਾਬਾਂ ਪਈਆਂ ਤੇ ਫਿਰ ਕਿਤਾਬਾਂ ਵੱਲ ਖਿੱਚੇ ਚਲੇ ਫਿਰ ਖਰੀਦ ਲੈਂਦੇ ਤੇ ਦੂਜੀ ਗੱਲ ਹੈ ਕਿਤਾਬਾਂ ਵੀ ਲੇਖਕਾਂ ਨੂੰ ਪਾਠਕਾਂ ਨੂੰ ਪੜ੍ਹਦੀਆਂ ਨੇ ਬਿਲਕੁਲ ਫਿਰ ਉਹਨੂੰ ਹੌਲੀ ਹੌਲੀ ਆਪਣਾ ਸਿਮਰਤੀਆਂ ਯਾਦ ਆਉਂਦੀਆਂ ਕਿ ਉਹਨੇ ਪਵਿੱਤਰ ਪਾਪੀ ਪੜ੍ਹਿਆ ਸੀ ਉਹਨੇ ਮੜੀਆ ਦੀਵਾ ਪੜ੍ਹਿਆ ਸੀ ਜਾਂ ਜਿਹੜਾ ਉਹਨਾਂ ਨੇ ਤੂਤਾਂ ਵਾਲਾ ਖੂਹ ਪੜ੍ਹਿਆ ਸੀ ਬਹੁਤ ਸਾਰੇ ਮੈਨੂੰ ਪਾਠਕ ਮਿਲਦੇ ਰਹਿੰਦੇ ਅਸੀਂ ਆਹ ਕਿਤਾਬ ਤਾਂ ਪੜ੍ਹੀ ਸੀ 10ਵੀਂ ਦੇ ਵਿੱਚ ਮਤਲਬ ਸਿਮਰਤੀਆਂ ਵਿੱਚ ਜਾਂਦੇ ਨੇ ਫਿਰ ਉਹਨਾਂ ਨੂੰ ਯਾਦ ਆਉਂਦਾ ਸੋਹਣ ਸਿੰਘ ਜੀਤਲ ਦੀਆਂ ਹੋਰ ਵੀ ਕਿਤਾਬਾਂ ਨੇ ਨਾਨਕ ਸਿੰਘ ਹੋਰ ਵੀ ਜਗ੍ਹਾ ਹੋਰ ਵੀ ਕਿਤਾਬਾਂ ਨੇ ਤੇ ਫਿਰ ਉਹ ਉਸ ਦੀਆਂ ਬਾਕੀ ਕਿਤਾਬਾਂ ਵੱਲ ਉਹਨਾਂ ਦਾ
ਜਿਹੜੇ ਆਉਂਦੇ ਨੇ ਕਿਤਾਬਾਂ ਦੇ ਸਾਹਮਣੇ ਅਤੇ ਉਹਨਾਂ ਨੂੰ ਸਾਰੇ ਦਾ ਪਤਾ ਲੱਗਦਾ। ਗੁਲਾਟੀ ਸਾਹਿਬ, ਇੱਕ ਜਿਹੜੀ ਖਾਸ ਤੌਰ 'ਤੇ ਸਮੱਸਿਆ ਆਉਂਦੀ ਆ ਕਿ ਕੋਈ ਖਾਸ ਵਿਧਾ ਵੀ ਆ ਜਿਹੜੀ ਤੁਹਾਨੂੰ ਲੱਗਿਆ ਹੋਵੇ, ਇੱਥੇ ਤੁਸੀਂ ਪ੍ਰਦਰਸ਼ਨੀ ਲਾਉਂਦੇ ਹੋ ਕਾਫੀ ਲੰਬਾ ਸਮਾਂ ਹੋ ਗਿਆ, 10-12 ਸਾਲ ਹੋ ਗਏ ਤੁਹਾਨੂੰ ਆਉਂਦੇ, ਕਿ ਇੱਥੇ ਪੰਜਾਬੀ ਨਾਵਲ ਜ਼ਿਆਦਾ ਪੜ੍ਹਦੇ ਆ, ਪੰਜਾਬੀ ਕਵਿਤਾ ਜ਼ਿਆਦਾ ਪੜ੍ਹਦੇ ਆ, ਨਾਟਕ ਪੜ੍ਹਦੇ ਆ, ਫਲਸਫਾ ਪੜ੍ਹਦੇ, ਕਿਹੜੀ ਚੀਜ਼ ਜ਼ਿਆਦਾ ਪੜ੍ਹਦੇ ਆ? ਜਿਹੜੇ ਤਾਂ ਆਪਾਂ ਇਸ ਤਰ੍ਹਾਂ ਦੀ ਗੱਲ ਕਰੀਏ, ਵਿਧਾ ਵਾਈਜ਼ ਗੱਲ ਕਰੀਏ, ਤਾਂ ਕਿਉਂਕਿ ਜਿਹੜੇ ਲੋਕ 8ਵੇਂ ਦਹਾਕੇ ਤੋਂ ਬਾਅਦ ਇੱਥੇ ਆਉਣੇ ਸ਼ੁਰੂ ਹੋਏ, ਉਸ ਵੇਲੇ ਨਾਵਲ ਜ਼ਿਆਦਾ ਪੜ੍ਹਿਆ ਜਾਂਦਾ ਸੀ, ਉਹ ਲੋਕ ਹਜੇ ਵੀ ਉਵੇਂ ਨਾਵਲ ਪੜ੍ਹ ਰਹੇ ਨੇ। ਅੱਛਾ, ਮੈਂ ਤਾਂ ਇਹ ਕਹਿੰਦਾ ਜਿੰਨੇ ਵੀ ਉੱਥੋਂ ਮਾਈਗ੍ਰੇਟ ਹੋ ਕੇ ਆਉਂਦੇ ਨੇ ਉਸ ਤੋਂ ਬਾਅਦ ਵੀ, ਉਹ ਬਹੁਤੇ ਫਿਕਸ਼ਨ ਦੇ ਵਿੱਚ ਹੀ ਖੜੇ ਨੇ ਹਾਲੇ ਵੀ, ਉਹ ਨਾਵਲ ਹੀ ਜ਼ਿਆਦਾ ਪੜ੍ਹਦੇ ਨੇ ਜਾਂ ਵਾਰਤਕ ਪੜ੍ਹਦੇ ਨੇ, ਜਾਂ ਕੁਛ ਲੋਕ ਕਹਾਣੀ ਵੱਲ ਪਰਤੇ ਨੇ। ਹਜੇ ਵੀ ਮਨੋਵਿਗਿਆਨ ਦੀਆਂ ਕਿਤਾਬਾਂ, ਸਾਈਕੋਲੋਜੀ ਦੀਆਂ ਜਿਹਨੂੰ ਆਪਾਂ ਮਨੋਵਿਗਿਆਨ ਕਹਿ ਰਹੇ ਹਾਂ, ਜਾਂ ਫਿਲੋਸਫੀ ਦੀਆਂ ਕਿਤਾਬਾਂ, ਸਪੋਰਟਸ ਦੀਆਂ ਕਿਤਾਬਾਂ, ਖੇਡਾਂ ਦਾ ਸਾਹਿਤ, ਕੀ ਪੰਜਾਬ ਦੇ ਵਿੱਚ ਰੁਝਾਨ ਹੈਗਾ ਇਸ ਬਰਾਬਰ ਆ ਕਿ ਕੁਛ ਉੱਥੇ ਉਲਟਾ? ਉੱਥੇ ਆਲਮੋਸਟ ਇਕੁਅਲੀ ਹੈ, ਕਿਉਂਕਿ ਉੱਥੇ ਮੈਂ ਦੇਖਦਾ ਕਿ ਨਾਟਕ ਵੀ ਬਹੁਤ ਪੜ੍ਹਿਆ ਜਾਂਦਾ, ਉੱਥੇ ਗਜ਼ਲ ਦੀ ਕਿਤਾਬ ਬਹੁਤ ਪੜ੍ਹੀ ਜਾਂਦੀ ਹੈ। ਗਜ਼ਲ ਦੀ ਕਿਤਾਬ ਦਾ ਹਰ ਸਾਲ ਜਿਹੜੀਆਂ ਮੇਨ ਕਿਤਾਬਾਂ ਨੇ, ਵੱਡੇ ਨਾਮ ਨੇ ਜਿਹਨਾਂ ਦੇ ਕਹਿ ਸਕਦੇ ਹਾਂ, ਉਹ ਹਰ ਸਾਲ ਦੇ ਵਿੱਚ 1 ਜਾਂ 2 ਐਡੀਸ਼ਨ ਪ੍ਰਕਾਸ਼ਿਤ ਹੋ ਜਾਂਦੇ ਨੇ। ਕਵਿਤਾ ਦੇ ਵੀ ਜਿਹੜੇ ਵੈਲ ਨੋਨ ਔਥਰ ਨੇ, ਜਿਹਨਾਂ ਦੀ ਪਛਾਣ ਬਣ ਚੁੱਕੀ ਹੈ, ਉਹਨਾਂ ਨੂੰ ਸਮੱਸਿਆ ਕੋਈ ਨਹੀਂ, ਉਹਨਾਂ ਦੀਆਂ ਕਿਤਾਬਾਂ ਆਉਂਦੀਆਂ ਨੇ, ਅਤੇ ਨਾਟਕ ਦੀਆਂ ਬਹੁਤ ਆਉਂਦੀਆਂ ਨੇ। ਮੈਂ ਪਹਿਲਾਂ ਹੀ ਕਿਹਾ ਆਲੋਚਨਾ ਦੀ, ਕਿਉਂਕਿ ਸਾਡੀ ਇੱਕ ਅਲੱਗ ਫੀਲਡ ਹੈ ਉਹਦੇ ਵਿੱਚ, ਕਿਉਂਕਿ ਜਿਹੜਾ BA ਕਰ ਰਿਹਾ ਸਟੂਡੈਂਟ ਹੈ, ਜਿਹੜਾ MA ਕਰ ਰਿਹਾ, ਅਤੇ ਨੈਚੁਰਲੀ ਆ ਉਹਦੇ ਵਾਸਤੇ ਆਲੋਚਨਾ ਦੀ ਲੋੜ ਪੈਂਦੀ ਹੈ, ਅਤੇ ਆਲੋਚਨਾ ਜਿਹੜੇ ਜਿਹੜੇ ਸਿਲੇਬਸ ਦੇ ਵਿੱਚ ਉਹ ਕਿਤਾਬਾਂ ਹੈਗੀਆਂ ਉਹਦੇ ਅਕੋਰਡਿੰਗ ਉਹਨੂੰ ਆਲੋਚਨਾ ਵੀ ਪੜ੍ਹਨੀ ਪੈਂਦੀ ਹੈ। ਸਤੀਸ਼ ਜੀ, ਕਿਤੇ ਇੱਦਾਂ ਤਾਂ ਨਹੀਂ ਵੀ ਕੰਪਿਊਟਰ, ਆਈਪੈਡ, ਲੈਪਟਾਪ ਨੇ ਇਹ ਕਿਤਾਬਾਂ ਨੂੰ ਰਿਪਲੇਸ ਕਰ ਦੇਣਗੇ ਜਾ ਕੇ? ਨਹੀਂ, ਮੈਨੂੰ ਲੱਗਦਾ, ਮੈਨੂੰ ਪਹਿਲਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਸਾਨੂੰ ਸਾਰੇ ਇਹ ਕਹਿੰਦੇ ਸੀ ਤੁਸੀਂ ਗਲਤ ਟਾਈਮ 'ਤੇ ਇਹ ਫੈਸਲਾ ਲਿਆ, ਇਹ ਤਾਂ ਦੌਰ ਹੁਣ ਜਾ ਰਿਹਾ ਕੰਪਿਊਟਰ ਦਾ, ਅਤੇ ਮੈਨੂੰ ਲੱਗਿਆ ਪਿਛਲੇ 16-17 ਸਾਲਾਂ ਦੇ ਵਿੱਚ ਸਾਨੂੰ ਫਰਕ ਨਹੀਂ ਪਿਆ, ਉਲਟਾ ਸਾਨੂੰ ਫਾਇਦਾ ਹੀ ਹੋਇਆ ਇਸ ਗੱਲ ਦਾ। ਮਤਲਬ ਟੈਕਨੋਲੋਜੀ ਜਿੱਦਾਂ ਵਧੀਆ, ਉਹਦੇ ਟੈਕਨੋਲੋਜੀ ਹਾਰਡ ਕਾਪੀ ਪੜ੍ਹਨ ਦੀ ਰੁਚੀ? ਨਹੀਂ ਨਹੀਂ, ਐਸਾ ਨਹੀਂ ਹੋਇਆ। ਟੋਟਲ ਜੇ ਟੋਟਲ ਸੈਨੈਰੀਓ ਦੀ ਗੱਲ ਕਰੀਏ ਨਾ, ਟੋਟਲ ਟ੍ਰੇਡ ਦੀ ਗੱਲ ਕਰੀਏ ਆਪਾਂ ਪਬਲੀਕੇਸ਼ਨ ਦੇ ਵਿੱਚ, ਵੈਸੇ ਤਾਂ ਇੰਡੀਆ ਦੇ ਵਿੱਚ ਟ੍ਰੇਡ ਹੈ ਹੀ ਨਹੀਂ, ਇਹਨੂੰ ਹਜੇ ਤੱਕ ਵੀ ਇਹਨੂੰ ਟ੍ਰੇਡ ਦਾ, ਇਹਨੂੰ ਬਿਜ਼ਨਸ ਦਾ ਉਹ ਕਿਤੇ ਦਾ ਮਿਲਿਆ ਨਹੀਂ ਜੀ ਜੀ ਜੀ, ਜਿਹੜਾ ਬਾਕੀ ਕੰਟਰੀਆਂ ਦੇ ਵਿੱਚ ਹੈਗਾ। ਅਤੇ ਜੇ ਟੋਟਲ ਦੀ ਗੱਲ ਕਰੀਏ ਤਾਂ 5-7% ਹੀ ਮਿਲਿਆ ਈ ਬੁੱਕਸ ਨੂੰ। ਅੱਛਾ ਜੀ, ਅਤੇ ਉਦੋਂ ਜ਼ਿਆਦਾ ਸਾਡੀ 15-18% ਦੀ ਗਰੋਥ ਵੱਧ ਜਾਂਦੀ ਹੈ ਹਰ ਸਾਲ ਕਿਤਾਬਾਂ ਦੀ, ਅਤੇ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ, ਸਾਨੂੰ ਤਾਂ ਉਲਟਾ ਬੈਨੀਫਿਟ ਹੋਇਆ। ਜਿੰਨਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਫੇਸਬੁੱਕ ਆ ਗਈ, ਯੂਟਿਊਬ ਆ ਗਿਆ, ਟਵਿੱਟਰ ਆ ਗਿਆ, ਅਤੇ ਲੋਕ ਉਹਦੇ ਨਾਲ ਕੀ ਕਹਿੰਦੇ, ਕਿਤਾਬ ਦੀ ਰਿਲੀਜ਼ ਦਾ ਫੰਕਸ਼ਨ ਹੋਣਾ, ਅਤੇ ਪਹਿਲਾਂ 1 ਮਹੀਨਾ ਪਹਿਲਾਂ ਪ੍ਰਚਾਰ ਹੋ ਰਿਹਾ, ਉਹਦੀਆਂ ਫੋਟੋ ਪਾਈਆਂ ਜਾ ਰਹੀਆਂ, ਉਹਦੇ ਬਾਰੇ ਕੋਈ ਨਾ ਕੋਈ ਕੋਈ ਲੇਖ ਛਪਦਾ, ਉਹਦੇ ਬਾਰੇ ਕੋਈ ਨਾ ਕੋਈ ਆਰਟੀਕਲ ਛਪ ਰਿਹਾ ਹੁੰਦਾ, ਅਤੇ ਉਹਦਾ ਕੀ ਹੈ ਕਿ ਸਾਨੂੰ ਆਉਣ ਦੀ ਹੋਰ ਪਾਠਕ ਨੂੰ ਇਸ ਗੱਲ ਦਾ ਫਾਇਦਾ ਮਿਲਦਾ, ਇੱਕ ਪ੍ਰਚਾਰ ਮਾਧਿਅਮ ਬਣਦਾ, ਅਤੇ ਉਹਦੇ ਰਾਹੀਂ ਉਹ ਕਿਤਾਬ ਫਿਰ ਲੱਭਦਾ। ਉਹ ਇਹ ਗੁਲਜ਼ਾਰ ਹੋਣਾ ਦੀ ਜਿਹੜੀ ਨਜ਼ਮ ਆ, ਇੱਕ ਕਿਤਾਬੇ ਝਾਂਕਤੀ ਹੈ ਬੰਦ ਅਲਮਾਰੀ ਕੇ ਸ਼ੀਸ਼ੋਂ ਸੇ, ਕਿ ਇੱਕ ਮੁੱਦਤ ਹੋਈ ਕਭੀ ਉਨਸੇ ਮੁਲਾਕਾਤ, ਉਹ ਬਹੁਤ ਅੱਛੀ ਨਜ਼ਮ ਹੈ, ਬਹੁਤ ਅੱਛੀ ਨਜ਼ਮ। ਔਰ ਆਖਿਰ ਦੇ ਵਿੱਚ ਉਹ ਕਹਿੰਦੇ, ਕਿਤਾਬੇ ਮੰਗਨੇ ਉੱਠਨੇ ਗਿਰਾਨੇ ਕੇ ਬਹਾਨੇ, ਜੋ ਨਏ ਰਿਸ਼ਤੇ ਪਨਪਤੇ ਥੇ ਨਾ ਜਾਣੇ ਉਨਕਾ ਕਿਆ ਹੋਗਾ। ਬਿਲਕੁਲ, ਉਹਨਾਂ ਦਾ ਇੱਕ ਨਾ ਆਪਣਾ ਦਰਦ ਹੈ ਕਿ ਉਹ ਉੱਥੇ ਬੈਠੇ ਨੇ ਬੰਬਈ ਦੇ ਵਿੱਚ, ਲੇਕਿਨ ਉਹ ਬਿਲਕੁਲ ਉਹ ਵੀ ਆਪਣੀ ਜਗ੍ਹਾ ਸਹੀ ਨੇ, ਕਿ ਉਹਦਾ ਫਰਕ ਵੀ ਪਿਆ, ਕਿ ਨਵੀਂ ਜਨਰੇਸ਼ਨ ਦਾ ਲਿਟਰੇਚਰ ਨਾਲੋਂ ਫਰਕ ਪਿਆ। ਲੇਕਿਨ ਹੁਣ ਇਹ ਹਾਲਤ ਇਹ ਹੈ ਕਿ ਕਾਲਜਾਂ ਦੀ ਆਪਾਂ ਗੱਲ ਕਰਦੇ ਹਾਂ, ਅਤੇ ਕਾਲਜਾਂ ਦੇ ਵਿੱਚ ਆਰਟ ਦੇ ਸਟੂਡੈਂਟ ਵੀ ਘੱਟ ਰਹੇ ਨੇ, ਅਤੇ ਉਹਦੀ ਜਗ੍ਹਾ ਕੀ ਆ ਰਿਹਾ ਕਿ ਕੰਪਿਊਟਰ ਦੇ ਆ ਰਹੇ ਆ, ਸਪੋਰਟਸ ਦੇ ਆ ਰਹੇ ਆ, ਸਾਈਕੋਲੋਜੀ ਦੇ ਆ ਰਹੇ ਆ, ਕਮਰਸ ਦੇ ਆ ਰਹੇ, ਨੈਚੁਰਲੀ ਦੂਜਾ ਲਿਟਰੇਚਰ ਵੀ ਨਾਲ ਨਾਲ। ਪਹਿਲਾਂ ਸ਼ਾਇਦ ਸਾਰਾ ਸਮਾਂ ਜਿਵੇਂ ਗੁਜ਼ਾਰ ਹੋਣ ਵੀ ਕਹਿੰਦੇ ਨਾ, ਕੋਈ ਸਫ਼ਾ ਪਲਟਤਾ ਹੂੰ, ਕੋਈ ਕਈ ਲਫ਼ਜ਼ੋਂ ਕੇ ਮਾਇਨੇ ਗਿਰ ਪੜੇ, ਮਾਇਨੇ ਗਿਰ, ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਜੀ। ਉਦੋਂ ਅਸੀਂ ਸਾਹਿਤ ਹੀ ਪੜ੍ਹਦੇ ਸੀ, ਉਦੋਂ ਆਰਟਸ ਪੜ੍ਹਦੇ ਸੀ, ਉਦੋਂ ਸਾਰਿਆਂ ਨੂੰ ਹੁੰਦਾ ਸੀ BA ਕਰ ਲਈਏ, MA ਕਰ ਲਈਏ, ਹੁਣ MA ਦੀਆਂ 10 ਤਰ੍ਹਾਂ ਦੀਆਂ MA ਹੈਗੀਆਂ ਨੇ ਹਰ ਕਾਲਜ ਦੇ ਵਿੱਚ। ਜੀ ਜੀ ਜੀ, ਅਸਤੀ ਜੀ, ਅਸੀਂ ਗੱਲਬਾਤ ਜਾਰੀ ਰੱਖਦੇ ਹਾਂ, ਇੱਕ ਕਮਰਸ਼ੀਅਲ ਬ੍ਰੇਕ, ਉਹਦੇ ਤੋਂ ਬਾਅਦ ਫਿਰ ਦੁਬਾਰਾ ਗੱਲਬਾਤ ਜਾਰੀ ਰੱਖਦੇ ਹਾਂ। ਦੋਸਤੋ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ 1-888-923-2656। ਪੰਜਾਬੀ ਕਿਤਾਬਾਂ ਕਿਉਂ ਨਹੀਂ ਪੜ੍ਹਦੇ? ਵੱਡੇ ਵੱਡੇ ਘਰ ਨੇ ਪਰ ਲਾਇਬ੍ਰੇਰੀ ਕਿਸੇ ਘਰ ਦੇ ਵਿੱਚ ਨਹੀਂ ਹੈ, ਕਾਰਨ ਕੀ ਆ? ਇਹਦੀ ਲੋੜ ਕੋਈ ਨਹੀਂ, ਇਹ ਵਾਧੂ ਦੀਆਂ ਚੀਜ਼ਾਂ ਆ, ਜਾਂ ਇਹ ਕੁਛ ਖਾਸ ਲੋਕਾਂ ਦੇ ਪੜ੍ਹਨ ਵਾਲੀਆਂ ਚੀਜ਼ਾਂ, ਲੇਖਕ ਜਾਂ ਕਵੀ ਕਿਸਮ ਦੇ? ਇਹ ਗੱਲਬਾਤ ਅਸੀਂ ਜਾਰੀ ਰੱਖਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਦੋਸਤੋ, ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਵਾਗਤ। ਜਿੱਦਾਂ ਕਿ ਤੁਹਾਨੂੰ ਪਤਾ, ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਚੇਤਨਾ ਪ੍ਰਕਾਸ਼ਨ ਤੋਂ, ਸਤੀਸ਼ ਗੁਲਾਟੀ ਹੋਣਾ ਦੇ ਨਾਲ। ਬੜੇ ਲੰਬੇ ਸਮੇਂ ਤੋਂ ਉਹ ਕੈਨੇਡਾ, ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਪਣੀਆਂ ਪੁਸਤਕਾਂ ਲੈ ਕੇ ਆਉਂਦੇ ਨੇ। ਪੰਜਾਬ ਦੇ ਵਿੱਚ ਬਹੁਤ ਵੱਡਾ ਨਾਂ ਆ ਚੇਤਨਾ ਪ੍ਰਕਾਸ਼ਨ ਦਾ, ਜਿਹੜਾ ਕੋਈ ਵੀ ਮਾੜਾ ਮੋਟਾ ਸਾਹਿਤ ਦੇ ਨਾਲ, ਲਿਟਰੇਚਰ ਦੇ ਨਾਲ ਜੁੜਿਆ, ਉਹ ਚੇਤਨਾ ਪ੍ਰਕਾਸ਼ਨ ਤੋਂ ਭਲੀ ਭਾਂਤ ਜਾਣੂ ਆ। ਅਤੇ ਅਸੀਂ ਅੱਜ ਸਾਰਿਆਂ ਦੇ ਲਈ ਆਪਣਾ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਵੱਡੇ ਖਿੱਤੇ ਦੀ ਗੱਲ ਕਰਦੇ ਹਾਂ, ਸਾਰਿਆਂ ਦੇ ਲਈ ਅਸੀਂ ਇਹ ਗੱਲ ਸਾਂਝੀ ਕਰ ਰਹੇ ਹਾਂ ਕਿ ਇਸ
पुस्तक सभ्याचार साढ़े जीवन का अजे तक अंग क्यों नहीं बन सकी? बाकी गलों के बहुत सारी तरक्की की है इस पासे, हालांकि साढ़े को सब तो वड्डी विरासत पंजाबियों को इस गल की, शब्द की जिनी वड्डी जिहड़ी कीमत आ, शब्द की वैल्यू की है जिनी वड्डी साढ़े को, जिन्ना वड्डा फाइन आर्ट के पिछोकड़ साडा आ, उन्हें शायद किसी होर का नहीं। की कारण है किसी पुस्तक सभ्याचार के पछड़े हैं? असं गलबात कर रहे हैं इस विषय से, तुम भी पार्टीसपेट कर सकते हो जी। सतीश जी बहुत बहुत स्वागत फिर। हाँ, मैं उही तुहाडी गल तो ही फिर दोबारा आ रहा कि जदों असी आपां कहिंदे कि साडे च पुस्तक सभ्याचार घट है, तो मैं कहना कि घट नहीं है। सानू संस्कारां दे विच पिया कि सानू शुरू तो सिर झुकाण तक दा सानू पहला तो पाठ पढ़ाया जाता रहा कि असी हर पोथी अगे सिर झुकाना, चाहे धार्मिक है चाहे वह साहित्य है या जो भी शब्द ਸਾਡਾ ਸਿਰ ਝੁਕਾਉਣ ਤੱਕ ਰਿਹਾ। ਹੌਲੀ ਹੌਲੀ ਪੜ੍ਹਨ 'ਤੇ ਫਿਰ ਉਹਦੀ ਆਪਣੀ ਵੋਕੈਬਲਰੀ 'ਤੇ ਡਿਪੈਂਡ ਕਰਦਾ ਕਿ ਬੱਚਾ ਕਿਵੇਂ ਡਿਵੈਲਪ ਹੋ ਰਿਹਾ, ਉਹਦੀ ਭਾਸ਼ਾ ਕਿਸ ਤਰ੍ਹਾਂ ਡਿਵੈਲਪ ਆ ਰਹੀ ਹੈ, ਉਹਦੇ ਸੰਸਕਾਰ ਕੀ, ਉਹਦੇ ਪਰਿਵਾਰ ਦਾ ਸੋਰਸ ਕੀ ਹੈ, ਅਤੇ ਜਿਵੇਂ ਜਿਵੇਂ ਉਹ ਡਿਵੈਲਪ ਹੁੰਦਾ, ਜਿਵੇਂ ਜਿਵੇਂ ਉਹ ਵੱਡਾ ਹੁੰਦਾ, ਤਿਵੇਂ ਤਿਵੇਂ ਉਹ ਸਾਹਿਤ ਨਾਲ ਜੁੜਦਾ, ਕਿ ਉਹ ਸਾਹਿਤ ਹੀ ਪੜ੍ਹੇਗਾ। ਉਹਦੇ ਲਈ ਸੈਂਸਿਟਿਵ ਹੋਣਾ ਬਹੁਤ ਜ਼ਰੂਰੀ ਹੈ, ਸੰਵੇਦਨਸ਼ੀਲ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਆਲੇ ਦੁਆਲੇ ਨੂੰ ਪਿਆਰ ਕਰ ਰਿਹਾ, ਆਲੇ ਦੁਆਲੇ ਨੂੰ ਵਾਚ ਕਰ ਰਿਹਾ, ਕੁਦਰਤ ਨੂੰ ਮਹਿਸੂਸ ਕਰ ਰਿਹਾ, ਪਾਣੀ ਨੂੰ ਮਹਿਸੂਸ ਕਰ ਰਿਹਾ, ਰੁੱਖਾਂ ਨੂੰ ਮਹਿਸੂਸ ਕਰ ਰਿਹਾ, ਉਹ ਜਦੋਂ ਆਲੇ ਦੁਆਲੇ ਨੂੰ ਮਹਿਸੂਸ ਕਰੇਗਾ ਤਾਂ ਨਿੱਕੀ ਨਿੱਕੀਆਂ ਛੂਹਾਂ ਰਾਹੀਂ ਗੁਜ਼ਰੇਗੀ ਉਹਦੀ ਉਹਦੀ ਨਜ਼ਰ ਵੀ, ਉਹਦੇ ਸਾਈਕੀ ਵੀ ਉਹਦੀ, ਅਤੇ ਨੈਚੁਰਲੀ ਉਹੀ ਸਾਹਿਤ ਵੱਲ ਪੜ੍ਹੇਗਾ। ਦੂਜੇ ਤੋਂ ਤਾਂ ਉਮੀਦ ਨਹੀਂ ਕਰ ਸਕਦੇ ਕਿ ਤੁਸੀਂ ਹਰ, ਮੈਂ ਕਹਿੰਦਾ 100% ਆਪਾਂ ਉਮੀਦ ਕਰੀਏ ਕਿ ਸਾਰੇ ਸਾਹਿਤ ਪੜ੍ਹ ਕੇ ਕਿਉਂ ਪੜ੍ਹਨ, ਸਵਾਲ ਤਾਂ ਵੀ ਇਹਨਾਂ ਕਿਉਂ ਪੜ੍ਹਨ, ਉਹਨਾਂ ਦਾ ਆਪਣਾ ਆਪਣਾ ਫੀਲਡ ਹੋ ਸਕਦਾ। ਲੇਕਿਨ ਜਿਹੜਾ ਸੈਂਸਿਟਿਵ ਹੈ, ਜਿਹੜਾ ਜਿਹਨੂੰ ਫਿਰ ਉਹ ਫਾਈਨ ਆਰਟ ਵੱਲ ਜਾਏਗਾ, ਉਹ ਚਾਹੇ ਮਿਊਜ਼ਿਕ ਵੱਲ ਜਾਵੇ, ਉਹ ਆਰਟ ਵੱਲ ਜਾਵੇ, ਉਹ ਕਲਾਸੀਕਲ ਹੋਰ ਵਿਧਾ ਨੇ ਪੇਂਟਿੰਗ ਵੱਲ ਜਾਵੇ, ਸੰਗੀਤ ਦੇ ਵੱਲ ਜਾਂਦਾ ਉਹ, ਤਾਂ ਨੈਚੁਰਲੀ ਗੱਲ ਹੈ ਉਹਦਾ ਇੰਟਰਸਟ ਬਣਦਾ। ਉਹਦੇ ਉਹਦੇ ਰਾਹੀਂ ਆਪਾਂ ਗੱਲ ਕਰ ਸਕਦੇ ਹਾਂ ਕਿ ਉਹਨੇ ਉਹਦੇ 'ਚੋਂ ਪਰਸੈਂਟੇਜ ਨਿਕਲਦੀ ਹੈ ਔਰ ਉਹ ਲੋਕ ਪੜ੍ਹ ਰਹੇ ਨੇ, ਉਹ ਕਿਸੇ ਵੀ ਜਗ੍ਹਾ 'ਤੇ, ਦੁਨੀਆਂ 'ਚ ਕਿਸੇ ਵੀ ਜਗ੍ਹਾ 'ਤੇ ਬੈਠੇ ਨੇ, ਚਾਹੇ ਉਹ ਆਪਣੀ ਆਪਣੀ ਭਾਸ਼ਾ ਦੀ ਗੱਲ ਕਰਦੇ ਆ, ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਕੋਲ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਨੇ, ਅਤੇ ਮੈਂ ਅਕਸਰ ਦੇਖ ਰਿਹਾ ਬਹੁਤ ਸਾਰੇ ਇੱਥੇ ਘਰਾਂ ਜਾਂਦਾ ਅਤੇ ਪੰਜਾਬੀ ਤਾਂ ਕਹਿੰਦੇ ਅਸੀਂ ਬੱਚੇ ਨੂੰ ਆਉਂਦੀ ਹੈ ਜਿੰਨੀ ਕੁ ਸਾਨੂੰ ਆਉਂਦੀ, ਸਾਨੂੰ ਹੋਰ ਭਾਸ਼ਾ ਸਿੱਖੀ ਹੈ, ਅਤੇ ਉਹ ਮੈਨੂੰ ਲੱਗਦਾ ਕਿ ਅਸੀਂ ਆਪਣੀ ਭਾਸ਼ਾ ਨੂੰ ਇਗਨੋਰ ਕਰ ਦਿੰਦੇ ਹਾਂ, ਇਗਨੋਰ ਕਰਦੇ ਵੀ ਇਹ ਤਾਂ ਸਾਨੂੰ ਆਉਂਦੀ ਹੈ, ਤਾਂ ਮਾਂ ਬੋਲੀ ਹੈ ਸਾਡੀ, ਅਸੀਂ ਸਿੱਖ ਹੀ ਲੈਣੀ ਹੈ, ਅਤੇ ਮਾਂ ਬੋਲੀ ਇਹ ਨਹੀਂ ਸਿੱਖੀ ਜਾਂਦੀ, ਉਹ ਵੀ ਸਿਖਾਉਣੀ ਪੈਂਦੀ ਹੈ। ਬਿਲਕੁਲ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸੰਵੇਦਨਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਵਰਿਆਮ ਸੰਧੂ ਹੁਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਉਹ ਗੱਲ ਸੁਣਾਉਂਦੇ ਹੁੰਦੇ ਆ ਕਿ ਬੱਸ ਦੇ ਵਿੱਚ ਬੈਠੇ ਸੀ ਅਤੇ ਸਾਹਮਣੇ ਕਾਰ ਨੇ ਟੱਕਰ ਮਾਰੀ ਇੱਕ ਔਰਤ ਨੂੰ, ਅਤੇ ਔਰਤ ਦੂਰ ਜਾ ਕੇ ਡਿੱਗੀ, ਦੋ ਬੰਦੇ ਬੈਠੇ ਸੀ ਨੇੜੇ, ਇੱਕ ਦੇ ਤਾਂ ਜਿੱਦਾਂ ਦਿਲ ਦੇ ਵਿੱਚ ਕੁਛ ਨਿਕਲ ਗਿਆ, ਜਿਵੇਂ ਉਹਦੀ ਮਾਂ ਨੂੰ ਕਿਸੇ ਨੇ ਟੱਕਰ ਮਾਰੀ ਹੁੰਦੀ ਹੈ, ਕਹਿੰਦਾ ਉਹ ਕੀ ਹੋ ਗਿਆ ਦੇਖੋ, ਇੱਕ ਉਹਦੇ ਨਾਲ ਬੈਠਾ ਸੀ ਉਹ ਹੱਸ ਕੇ ਕੁਛ ਖਾ ਰਿਹਾ ਸੀ ਅਤੇ ਨਾਲ ਹੀ ਕਹਿੰਦਾ ਉਹ ਮਾਰੀ ਬੜਕਾ ਕੇ, ਇੱਥੇ ਸ਼ਾਇਦ ਸੰਵੇਦਨਸ਼ੀਲਤਾ ਦਾ ਫਰਕ, ਸੰਵੇਦਨਸ਼ੀਲ ਵੀ ਦੋਨਾਂ ਦਾ, ਮੈਂ ਕਹਿੰਦਾ ਦੋਨਾਂ ਦਾ ਮਿਆਰ ਵੀ ਪਤਾ ਲੱਗ ਗਿਆ, ਉਹਨਾਂ ਦੀ ਸੋਚ ਦਾ ਵੀ ਪਤਾ ਲੱਗ ਗਿਆ, ਸੋਚ ਦਾ ਪਤਾ, ਉਹ ਕਿਸ ਤਰ੍ਹਾਂ ਸੋਚ ਰਿਹਾ, ਨੈਚੁਰਲੀ ਜਿਹੜਾ ਕਹਿ ਰਿਹਾ ਮੇਰੇ ਦਿਲ ਨੂੰ ਕੁਛ ਹੋਇਆ, ਤਾਂ ਨੈਚੁਰਲੀ ਉਹ ਲਿਟਰੇਚਰ ਦਾ ਸਾਹਿਤ, ਉਹ ਸਾਹਿਤ ਵਾਲੇ ਪਾਸੇ ਦਾ, ਦੂਜੇ ਵਾਸਤੇ ਤਾਂ ਉਹਦੇ ਵਾਸਤੇ ਸਾਹਿਤ ਦਾ ਕੋਈ ਅਰਥ ਨਹੀਂ ਹੈ, ਉਹਦੇ ਉੱਤੇ ਕਾਮ ਆਪਾਂ ਭੀੜ ਦਾ ਹਿੱਸਾ ਕਹਿ ਸਕਦੇ, ਭੀੜ ਦਾ ਹਿੱਸਾ, ਅਤੇ ਵਿਆਮ ਸਿੰਘ ਵੀ ਬਹੁਤ ਵਧੀਆ ਕਹਾਣੀਆਂ ਲਿਖਦੇ ਨੇ, ਨੈਚੁਰਲੀ ਉਹ ਇਹੋ ਜਿਹੀਆਂ ਨਿੱਕੀ ਨਿੱਕੀਆਂ ਛੋਹਾਂ ਦੇ ਗੱਲ ਛੋਹਾਂ ਫੜਦੇ ਨੇ, ਅਤੇ ਇੱਥੇ ਤੁਸੀਂ ਇੰਨੇ ਲੰਬੇ ਸਮੇਂ ਤੋਂ ਆ ਰਹੇ ਹੋ, ਕਿੰਨਾ ਚਿਰ ਹੋ ਗਿਆ ਜੀ ਇੱਥੇ ਤੁਹਾਨੂੰ ਕਿਤਾਬਾਂ ਲੈ ਕੇ ਆਉਂਦਿਆਂ ਨੂੰ ਕੈਨੇਡਾ ਅਮਰੀਕਾ 'ਚ? ਮੈਂ ਪਹਿਲੀ ਵਾਰ 2003 ਦੇ ਵਿੱਚ ਆਇਆ ਸੀ ਜੀ ਇੱਥੇ, ਉਦੋਂ ਵਰਲਡ ਪੰਜਾਬੀ ਕਾਨਫਰੰਸ ਹੋਈ ਸੀ ਇੱਥੇ, ਬਲਵੰਤ ਸੰਘੇੜਾ ਔਰ ਡਾਕਟਰ ਦਰਸ਼ਨ ਗਿੱਲ, ਨਦੀਮ ਪਰਮਾਰ ਔਰ ਜਰਨੈਲ ਸੇਖਾ ਉਹਨਾਂ ਨੇ ਕੀਤੀ ਸੀ, ਫਿਰ ਉਹਨਾਂ ਨੇ ਇੱਕ ਸੰਸਥਾ ਬਣਾਈ ਸੀ BC ਪੰਜਾਬੀ ਕਲਚਰ ਫਾਊਂਡੇਸ਼ਨ, ਉਸੇ ਨੇ ਹੀ ਪੁਸਤਕ ਪ੍ਰਚਾਰ ਨੂੰ ਪ੍ਰੈਫਰ ਕੀਤਾ, ਉਸੇ ਨੇ ਹੀ ਲਗਵਾਉਣੇ ਸ਼ੁਰੂ ਕੀਤੇ ਪੁਸਤਕ ਮੇਲੇ, ਜਿਹਦੇ ਰਾਹੀਂ ਮੈਂ ਲਗਾਤਾਰ ਆ ਰਿਹਾ। ਐਕਚੁਅਲ ਪੁਸਤਕ ਮੇਲਾ BC ਪੰਜਾਬੀ ਕਲਚਰ ਫਾਊਂਡੇਸ਼ਨ ਵੱਲੋਂ ਹੀ ਲੱਗਦਾ, ਮੇਰਾ ਤਾਂ ਉਹ ਸਹਿਯੋਗ ਲੈਂਦੇ ਨੇ, ਮੈਨੂੰ ਬੁਲਾ ਲੈਂਦੇ ਨੇ ਅਤੇ ਕਿਤਾਬਾਂ ਬਾਰੇ ਵੱਧ ਤੋਂ ਵੱਧ ਦੱਸੋ, ਪ੍ਰਚਾਰ ਕਰੋ ਜੀ, ਅਤੇ ਉਹ ਮਤਲਬ ਇਹ ਪਿਛਲੇ 12 ਸਾਲਾਂ ਤੋਂ ਅਸੀਂ ਲਗਾਤਾਰ ਲਗਾ ਰਹੇ ਹਾਂ ਅਤੇ ਪੁਸਤਕ ਮੇਲਾ, ਉਦੋਂ ਸ਼ੁਰੂ 'ਚ 100 ਕਿਤਾਬਾਂ ਸੀ, 100, 200, 300, ਹੁਣ 3000 ਦੇ ਕਰੀਬ ਸਾਡੇ ਟਾਈਟਲ ਨੇ, ਔਰ ਵੱਧ ਤੋਂ ਵੱਧ ਅਸੀਂ ਕਿਤਾਬਾਂ ਡਿਸਪਲੇ ਕਰਦੇ ਹਾਂ ਕਿ ਆ ਕੇ ਦੇਖੋ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਖਰੀਦ ਕੇ ਲੈ ਕੇ ਜਾਓ, ਕਿਤਾਬਾਂ ਦੇਖੋ, ਹੋ ਸਕਦਾ ਕਿਤਾਬਾਂ ਤੁਹਾਨੂੰ ਪੜ੍ਹ ਲੈਣ, ਹੋ ਸਕਦਾ ਕਿਤਾਬਾਂ ਪਾਠਕਾਂ ਨੂੰ ਖਰੀਦ ਲੈਣ। ਇੱਥੇ ਸਰੀ ਦੇ ਵਿੱਚ ਜਿਹੜੀ ਪ੍ਰਦਰਸ਼ਨੀ ਹੈ, ਕਿੱਥੇ ਲੱਗੀ ਅਤੇ ਕਦੋਂ ਤੋਂ ਲੱਗੀ ਅਤੇ ਕਦੋਂ ਤੱਕ ਚੱਲੂਗੀ ਜੀ? ਹਾਂ, ਅਸੀਂ 13 ਜੂਨ ਤੋਂ ਇੱਥੇ ਲਗਾਤਾਰ ਲਗਾਇਆ ਜੀ, ਇਹ 16 ਅਗਸਤ ਤੱਕ ਇੱਥੇ ਪੁਸਤਕ ਮੇਲਾ ਚੱਲਦਾ ਰਹਿਣਾ। ਇਹ 9337 ਹੈ ਜੀ ਉਹਦਾ, 9337 ਸਕੋਟ ਰੋਡ 'ਤੇ ਡੈਲਟਾ ਸਾਈਡ ਪੰਜਾਬੀ ਮਾਰਕੀਟ ਦੇ ਵਿੱਚ ਹੈਗਾ, ਔਰ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ 7 ਦਿਨ ਖੁੱਲ੍ਹਾ ਰਹਿੰਦਾ, ਕੋਈ ਛੁੱਟੀ ਨਹੀਂ ਉਸਦੇ ਵਿੱਚ। ਜਿਵੇਂ ਅਕਸਰ ਐਤਵਾਰ ਨੂੰ ਕਿਤੇ ਨਾ ਕਿਤੇ ਸੱਭਿਆਚਾਰਕ ਮੇਲਾ ਹੁੰਦਾ ਸੀ, ਉੱਥੇ ਉਹ ਟ੍ਰਾਂਸਫਰ ਕਰ ਦਿੰਦੇ ਹਾਂ, ਅਸੀਂ ਉੱਥੇ ਟੈਂਟ ਲਗਾ ਕੇ ਪੁਸਤਕ ਪ੍ਰਦਰਸ਼ਨੀ ਲਗਾਉਂਦੇ ਹਾਂ, ਲੇਕਿਨ ਇਹ 7 ਦਿਨ ਇੱਥੇ ਹੀ ਹੁੰਦਾ। ਤੁਹਾਡੇ ਕੋਲ ਬਹੁਤ ਸਾਰੇ ਪਾਠਕ ਜਿਹੜੇ ਆਉਂਦੇ ਆ, ਲੇਖਕ ਨੇ ਜਾਂ ਕਿਤਾਬਾਂ ਆਪ ਲਿਖਦੇ ਨੇ,
ਜਾਂ ਇੱਕ 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 ਵੱਖਰਾ ਸੈਗਮੈਂਟ ਆ ਜਿਹੜਾ ਲਿਟਰੇਚਰ ਪੜ੍ਹਨ ਵਾਲਿਆਂ ਦਾ, ਕਿ ਨਵੀਂ ਪੀੜ੍ਹੀ ਦਾ ਕੋਈ ਇੱਥੋਂ ਜਿਹੜੀ ਅਗਲੀ ਪੀੜ੍ਹੀ ਆ ਉਹ ਕੋਈ ਕਿਤਾਬਾਂ ਖਰੀਦਣ ਆਉਂਦਾ ਤੁਹਾਡੇ ਤੋਂ? ਹਾਂ ਬਿਲਕੁਲ ਜੀ, ਮੈਂ ਇਹ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਵੇਂ ਹਰਪ੍ਰੀਤ ਸੇਖਾ ਸਾਡਾ ਇੱਥੇ ਕਹਾਣੀਕਾਰ ਆ, ਉਹ ਇੱਥੋਂ ਦਾ ਹੀ, ਉਹਨੇ ਇੱਥੇ ਆ ਕੇ ਪਹਿਲੀ ਵਾਰ ਸ਼ਬਦ ਲਿਖੇ, ਬਹੁਤ ਅੱਛੇ ਕਹਾਣੀਕਾਰ, ਦੋ ਕਿਤਾਬਾਂ ਲਿਖੀਆਂ, ਤਿੰਨ ਕਿਤਾਬਾਂ ਲਿਖੀਆਂ ਉਹਨਾਂ ਨੇ, ਇੱਥੇ ਸ਼ੁਰੂਆਤ ਹੋਈ ਹੈ, ਇੱਥੋਂ ਸ਼ੁਰੂਆਤ ਹੋਈ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਨਵੇਂ ਲੇਖਕ ਆਏ ਨੇ, ਦਵਿੰਦਰ ਪੂਨੀਆ ਉੱਥੇ ਕੁਛ ਨਹੀਂ ਲਿਖਦਾ ਸੀ, ਉੱਥੇ ਇੱਥੇ ਆ ਕੇ ਉਹਨੇ ਚਾਰ ਕਿਤਾਬਾਂ ਲਿਖਣੀਆਂ। ਰਾਜਵੰਤ ਬਾਗੜੀ ਆ, ਉਹਨੇ ਉੱਥੇ ਕੋਈ ਵੀ ਇੱਕ ਵੀ ਸ਼ਬਦ ਨਹੀਂ ਲਿਖਿਆ, ਇੱਥੇ ਆ ਕੇ ਉਹਨੇ ਗਜ਼ਲ ਸ਼ੁਰੂ ਕੀਤੀ ਅਤੇ ਕਿਤਾਬ ਆ ਗਈ। ਬਹੁਤ ਅੱਛਾ। ਮੈਂ ਉੱਧਰ ਟੋਰਾਂਟੋ ਦੀ ਗੱਲ ਕਰਾਂ, ਲਵੀਨ ਕੌਰ ਗੇਲਾ, ਉਹਨਾਂ ਨੇ ਉੱਥੇ ਕੁਛ ਨਹੀਂ ਲਿਖਿਆ ਸੀ, ਇੱਥੇ ਲਗਾਤਾਰ ਕਿਤਾਬਾਂ ਲਿਖੀਆਂ ਜੀ। ਮਤਲਬ ਬਹੁਤ ਸਾਰੇ ਨਵੇਂ ਲੇਖਕ ਹੈਗੇ ਨੇ, ਪਰਮਜੀਤ ਦਿਓਲ ਹੈ ਉੱਥੇ, ਲੜਕੀ ਹੈ ਸੁਰਜੀਤ, ਤਾਂ ਚਲੋ ਪਹਿਲਾਂ ਅਮਰੀਕਾ ਲਿਖ ਰਹੇ ਸੀ, ਲੇਕਿਨ ਬਹੁਤ ਸਾਰੇ ਲੇਖਕ ਨੇ ਇੱਥੇ ਦੇ। ਜੇ ਮੈਂ ਗੱਲ ਕਰੀਏ ਅਤੇ ਜਦੋਂ ਵੀ ਕੋਈ ਪਾਠਕ ਆਉਂਦਾ ਸਾਡੇ ਕੋਲ, ਤਾਂ ਨਾਲ ਬੱਚਿਆਂ ਨੂੰ ਲੈ ਕੇ ਆਉਂਦਾ, ਇਹ ਸਾਡੇ ਲਈ ਖੁਸ਼ੀ ਦੀ ਗੱਲ ਹੁੰਦੀ ਹੈ। ਅਤੇ ਬੱਚੇ ਆ ਕੇ ਫਰੋਲਦੇ, ਪਹਿਲਾਂ ਤਾਂ ਜਿਵੇਂ ਸਾਈਕੀ ਹੁੰਦੀ, ਬੱਚੇ ਨੇ ਪਹਿਲਾਂ ਕਿਤਾਬਾਂ ਇੱਧਰ ਉੱਧਰ ਸਿੱਟਣੀਆਂ, ਫਰੋਲਣੀਆਂ, ਫਿਰ ਉਹਨੇ ਚਿੱਤਰ ਵੀ ਦੇਖਣੇ, ਜਿੱਥੇ ਕੋਈ ਚਿੱਤਰ ਹੈਗੇ ਉਹ ਲੈ ਲੈਣੇ। ਜਾਂ ਹੁੰਦਾ ਕਿ ਜੇ ਦੋ ਮਲਟੀਲਿੰਗੁਅਲ ਕਿਤਾਬ ਮਿਲ ਜੇ ਬੱਚਿਆਂ ਨੂੰ, ਕਿ ਜੇ 'ਚ ਇੱਕ ਪਾਸੇ ਅੰਗਰੇਜ਼ੀ ਹੈਗੀ, ਇੱਕ ਪਾਸੇ ਪੰਜਾਬੀ ਹੈਗੀ, ਔਰ ਉਹ ਬੱਚੇ ਲੈ ਕੇ ਜਾਂਦੇ ਨੇ, ਅਤੇ ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਪੰਜਾਬੀ ਆਉਂਦੀ ਹੈ ਜਾਂ ਜਿਹੜੇ ਸਕੂਲਾਂ 'ਚ ਇੱਥੇ ਭੇਜ ਰਹੇ ਨੇ ਪਰਿਵਾਰ, ਅਤੇ ਉਹ ਪੰਜਾਬੀ ਦੀਆਂ ਬੱਚੇ ਨੇ ਕਿਤਾਬਾਂ ਲੈ ਕੇ ਜਾਂਦੇ ਨੇ। ਅਤੇ ਨੈਚੁਰਲੀ ਗੱਲ ਹੈ, ਮੈਂ ਇਹ ਨਹੀਂ ਕਹਿ ਸਕਦਾ ਕਿ ਬਿਲਕੁਲ ਨਹੀਂ ਪੜ੍ਹਦੇ, ਲੇਕਿਨ ਕੁਛ ਪਰਸੈਂਟ ਹੈ ਨੇ ਕਿ ਜਿਹੜੇ ਪਰਿਵਾਰ ਇਸ ਗੱਲ ਨੂੰ ਪੁਸ਼ ਕਰਦੇ ਨੇ, ਔਰ ਬੱਚੇ ਆਪਣੇ ਇੰਟਰਸਟ ਨਾਲ, ਆਪਣੀ ਮਨ ਮਰਜ਼ੀ ਨਾਲ ਲੈਂਦੇ ਨੇ, ਕੋਈ ਫੋਰਸਲੀ ਨਹੀਂ ਕਿਹਾ ਜਾਂਦਾ ਪੇਰੈਂਟਸ ਵੱਲੋਂ ਕਿ ਆਹ ਕਿਤਾਬ ਲੈਣੀ ਹੈ, ਉਹ ਆਪੇ ਚੂਜ਼ ਕਰਦੇ ਨੇ ਔਰ ਖੁਸ਼ੀ ਹੁੰਦੀ ਹੈ। ਬਹੁਤ ਸਾਰੇ ਇੱਥੇ ਸੱਭਿਆਚਾਰਕ ਮੇਲੇ ਹੁੰਦੇ ਆ, ਖੇਡ ਮੇਲੇ ਹੁੰਦੇ ਆ, ਤੁਸੀਂ ਪੁਸਤਕਾਂ ਲੈ ਕੇ ਉੱਥੇ ਪਹੁੰਚ ਜਾਂਦੇ, ਕਿ ਉੱਥੇ ਵੀ ਇਹਨਾਂ ਨੂੰ ਖਰੀਦਣ ਵਾਲੇ ਮਿਲ ਜਾਂਦੇ ਜੀ? ਮੈਂ ਉਹੀ ਕਿਹਾ ਸੀ ਕਿ ਜਦੋਂ ਸਾਡਾ, ਕਿਉਂਕਿ ਬਜਟ ਨਹੀਂ ਬਣਾਇਆ ਹੁੰਦਾ ਕਿਸੇ ਦਾ ਵੀ, ਕਿਤਾਬ ਵਾਸਤੇ ਚੱਲ ਕੇ ਬਹੁਤ ਘੱਟ ਲੋਕ ਆਉਂਦੇ ਨੇ, ਜਿਹੜੇ ਤਾਂ ਪੰਜਾਬੀ ਦੇ ਬਹੁਤ ਪਿਆਰ ਕਰਦੇ ਨੇ ਪਾਠਕ, ਉਹ ਤਾਂ ਲਗਾਤਾਰ ਮੈਨੂੰ ਲੱਭਦੇ ਰਹਿੰਦੇ ਨੇ ਜੀ। ਅਤੇ ਬਹੁਤ ਹੀ ਹੁੰਦਾ ਕਿ ਜਿਹਨਾਂ ਨੂੰ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਇੱਥੇ ਨਹੀਂ ਆ ਸਕਦੇ, ਅਤੇ ਤੁਸੀਂ ਆਪ ਉਹਨਾਂ ਕੋਲ ਚੱਲ ਕੇ ਜਾਂਦੇ ਆ, ਕਿਤਾਬ ਉਹਨਾਂ ਕੋਲ ਚੱਲ ਕੇ ਜਾਂਦੀ ਹੈ, ਉਹਨਾਂ ਨੂੰ ਬੇਸ਼ਰਮ ਵੀ ਕਰਦੇ ਆ ਕਿ ਭਾਈ ਹੁਣ ਤਾਂ ਤੁਹਾਡੇ ਕੋਲ ਆਏ ਹੋਏ ਹਨ, ਜੇ ਹੁਣ ਵੀ ਤੁਸੀਂ ਨਹੀਂ ਕਹਿ ਸਕਦੇ ਤਾਂ ਘੱਟੋ ਘੱਟ ਇਲਜ਼ਾਮ ਨਾ ਲਾਇਆ ਜੇ ਕਿ ਕਿਤਾਬ ਲੱਭਦੀ ਨਹੀਂ, ਕਿਤਾਬ ਮਿਲਦੀ ਨਹੀਂ। ਮਤਲਬ ਅਸੀਂ ਤਾਂ ਉੱਥੇ ਕਿੰਨਾ ਔਖਾ ਹੁੰਦਾ ਕਿਸੇ ਸੱਭਿਆਚਾਰਕ ਮੇਲੇ ਦੇ ਵਿੱਚ, ਪਹਿਲਾਂ ਟੈਂਟ ਲਗਾਉਣਾ, ਟੇਬਲਾਂ ਦਾ ਇੰਤਜ਼ਾਮ ਕਰਨਾ, ਪੰਜ ਚਾਰ ਦੋਸਤਾਂ ਦੀਆਂ ਕੋਈ ਰਾਈਡ ਲੈਣੀਆਂ, ਉੱਥੇ ਕਿਤਾਬਾਂ ਲਾਉਣੀਆਂ, 13-14 ਘੰਟੇ ਖੜ੍ਹਨਾ ਉੱਥੇ, ਫਿਰ ਲੈ ਕੇ ਆਉਣਾ, ਅਤੇ ਫਿਰ ਵੀ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਪਾਠਕ ਬਹੁਤ ਪਿਆਰ ਕਰਦਾ, ਰਿਸਪੋਂਸ ਦਿੰਦਾ ਉਹਨੂੰ, ਔਰ ਲੱਭਦਾ ਨਾਲ ਵੀ ਤੁਸੀਂ ਮੇਲੇ 'ਚ ਆਉਣਾ ਜਾਣਾ ਸੀ, ਉੱਥੇ ਮਿਲਾਂਗੇ। ਪਾਠਕਾਂ ਦਾ ਇੱਕ ਇਤਰਾਜ਼ ਹੁੰਦਾ ਸੀ ਕਿ ਬਹੁਤ ਵਾਰੀ ਜਿਹੜੀਆਂ ਕਿਤਾਬਾਂ ਹੁੰਦੀਆਂ ਸਮਝ ਨਹੀਂ ਆਉਂਦੀਆਂ, ਕਿ ਜਾਂ ਤਾਂ ਵੀ ਸੁਰਜੀਤ ਪਾਤਰ ਦੀ ਕਿਤਾਬ ਜੇਕਰ ਆਉਂਦੀ ਹੈ ਤਾਂ ਵਿਕਦੀ ਆ, ਚੰਗਾ ਕਵੀ ਚੰਗਾ ਨਾਵਲਕਾਰ ਆਉਂਦਾ ਤਾਂ ਉਹ ਵਿਕਦਾ, ਕਿ ਕਿਤਾਬਾਂ ਲਿਖਣ ਵਾਲਿਆਂ ਦਾ ਸਟੈਂਡਰਡ ਉਹਦਾ ਵੱਡਾ ਨਹੀਂ ਰਿਹਾ, ਇਸ ਕਰਕੇ ਪਾਠਕ ਕਿਤਾਬਾਂ ਤੋਂ ਦੂਰ ਹੋ ਗਿਆ, ਇਹ ਗੱਲ 'ਚ ਕਿੰਨੀ ਸੱਚਾਈ ਹੈ? ਨਹੀਂ, ਮੈਂ ਇਸ ਗੱਲ ਨੂੰ ਹੋਰ ਤਰ੍ਹਾਂ ਲੈਂਦਾ ਕਿ ਬਹੁਤ ਸਾਰੇ ਤਾਂ ਜਿਹੜੇ ਸਾਡੇ ਪਾਠਕ ਨੇ ਉਹ ਗਲੈਮਰ ਦਾ ਸ਼ਿਕਾਰ ਹੁੰਦੇ ਨੇ। ਅੱਛਾ, ਸੁਰਜੀਤ ਪਾਤਰ ਬਹੁਤ ਵੱਡਾ ਨਾਮ ਹੈ, ਅਸੀਂ ਤੁਸੀਂ ਵੀ ਪੜ੍ਹਿਆ, ਅਸੀਂ ਵੀ ਪੜ੍ਹਿਆ, ਅਸੀਂ ਤਾਂ ਇੱਕ ਸਾਰਾ ਸਾਡਾ ਯਾਦ ਵੀ ਉਹਨਾਂ ਦੇ। ਬਿਲਕੁਲ ਜੀ, ਬਹੁਤ ਸਾਰੇ ਉਹਨਾਂ ਨਾਂ ਸੁਣਿਆ, ਯਾਰ ਸੁਰਜੀਤ ਪਾਤਰ ਦੀ ਕਵਿਤਾ ਦੇ ਦਿਓ, ਜਦੋਂ ਪੜ੍ਹਦੇ ਇਹ ਤਾਂ ਸਾਨੂੰ ਸਮਝ ਨਹੀਂ ਆਈ, ਕਿਉਂਕਿ ਉਹਨਾਂ ਦਾ ਆਪਣਾ ਮਿਆਰ ਨਹੀਂ ਉੱਥੇ ਤੱਕ ਪਹੁੰਚਿਆ ਹੁੰਦਾ ਉਹਨੂੰ ਪਾਤਰ ਨੂੰ ਸਮਝਣ ਵਾਸਤੇ। ਅੱਛਾ ਜੀ। ਅਤੇ ਫਿਰ ਹੁੰਦਾ ਕਿ ਨਵੇਂ ਲੇਖਕ ਦੀ ਕਿਤਾਬ ਉਹ ਫਟ ਪੜ੍ਹ ਲੈਂਦੇ, ਅਤੇ ਉਹਨਾਂ ਨੂੰ ਲੱਗਦਾ ਇਹ ਸਾਡੀਆਂ ਗੱਲਾਂ ਕਰ ਰਿਹਾ, ਹੁਣ ਨਵੇਂ ਲੇਖਕ ਨੇ ਪਛਾਣ ਬਣਾਉਣੀ ਹੈ, 25 ਸਾਲ ਬਾਅਦ ਜਾ ਕੇ ਬਣਨੀ ਹੈ, ਅਤੇ ਉਹ ਉਹਨਾਂ ਨੂੰ ਲੱਗ ਰਿਹਾ ਵੀ ਆਹ ਤਾਂ ਸਾਡੇ ਤਰ੍ਹਾਂ ਦੀ ਗੱਲ ਕਰ ਰਿਹਾ, ਉਹ ਵੱਡਾ ਲੇਖਕ ਸਾਨੂੰ ਸਾਡੇ ਤੋਂ ਔਖਾ, ਜਾਂ ਪਾਸ਼ ਹੈ, ਜਾਂ ਸੰਤਰਾ ਉਦਾਸੀ ਹੈ, ਜਿਹੜਾ ਗਾਇਆ ਗਿਆ ਉਹਨਾਂ ਨੂੰ ਥੋੜ੍ਹਾ ਜਲਦੀ ਸਮਝ ਆਉਂਦਾ, ਡਾਕਟਰ ਜਗਤਾਰ ਜਲਦੀ ਸਮਝ ਨਹੀਂ ਆਉਂਦਾ ਨਵੇਂ ਪਾਠਕ ਨੂੰ, ਨਹੀਂ ਆਉਂਦਾ, ਲੇਕਿਨ ਜਿਹੜਾ ਗਾਇਆ ਗਿਆ ਸ਼ਿਵ ਉਹਨੂੰ ਸਮਝ ਆ ਜਾਂਦਾ, ਜਿਹੜਾ ਗਾਇਆ ਗਿਆ, ਜਿਹੜਾ ਸ਼ਿਵ ਨਹੀਂ ਗਾਇਆ ਗਿਆ ਉਹ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਆਉਂਦਾ, ਕਿਉਂਕਿ ਜਿਹੜਾ ਉਹਨਾਂ ਨੇ ਉਹਨਾਂ ਦੀ ਸਿਮਰਤੀ 'ਚ ਬੈਠਾ, ਕੰਨ ਰਸ ਰਾਹੀਂ ਜਿਹੜਾ ਫਿਲਮ ਜਿਹੜੇ ਸਿੰਗਰ ਹੋਏ ਨੇ, ਜਗਜੀਤ ਨੇ ਜਾਂ ਮਹਿੰਦਰ ਕਪੂਰ ਨੇ ਗਾਇਆ ਜਾਂ ਸੁਰਿੰਦਰ ਕੌਰ ਨੇ ਗਾਇਆ, ਜਿਹੜਾ ਸ਼ਿਵ ਨੂੰ ਗਾਇਆ ਉਹਨਾਂ ਨੂੰ ਬਹੁਤ ਚੰਗਾ ਲੱਗਦਾ, ਮੈਨੂੰ ਤੇਰਾ ਸ਼ਵਾਬ ਬੈਠਾ ਬਹੁਤ ਚੰਗਾ ਲੱਗਦਾ, ਪਰ ਉਹਨਾਂ ਦਾ ਆਪਣਾ ਮਿਆਰ ਵੀ ਉਹਨਾਂ ਕੀ ਹੁੰਦਾ। ਮੈਂ ਕਹਿ ਰਿਹਾ ਹੁੰਦਾ ਕਿ ਪਾਠਕ ਉੱਥੋਂ ਤੱਕ ਪਹੁੰਚ ਕਰਦਾ, ਪਰ ਇਹ ਵੀ ਚੰਗੀ ਗੱਲ ਹੈ, ਚਲੋ ਉੱਥੋਂ ਤੱਕ ਤਾਂ ਪਹੁੰਚ ਕਰ ਰਿਹਾ, ਫਿਰ ਉਹਨੂੰ ਕੋਈ ਨਾ ਕੋਈ ਨਵੀਂ ਸਾਹਿਤ ਦੀ ਕਿਤਾਬ ਮਿਲਦੀ ਹੈ, ਜਿਹੜੇ ਲੋਕਲ ਸਾਹਿਤਕਾਰ ਨੇ ਸਾਡੇ ਇੱਥੇ, ਜਿਹੜੇ ਬਿਲਕੁਲ ਨਵੇਂ ਨੇ, ਜਿਹੜੇ ਸਿੰਸੀਅਰ ਵੈਲ ਨੋਨ ਨੇ, ਉਹਨਾਂ ਦੀ ਕੋਈ ਗੱਲ ਨਹੀਂ ਹੈ ਜੀ। ਗੁਲਾਟੀ ਸਾਹਿਬ, ਇਹ ਫਿਰ ਜਿਹੜਾ ਪਾਠਕ ਆ ਜਦੋਂ ਉਹ ਕਹਿੰਦਾ ਵੀ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ, ਫਿਰ ਇਹ ਨਹੀਂ ਲੱਗਦਾ ਕਿ ਉਸ ਕਿਸਮ ਦਾ ਲਿਟਰੇਚਰ ਜਿਹੜਾ ਜ਼ਿਆਦਾ ਪਾਪੂਲਰ ਹੁੰਦਾ, ਜਿਹੜਾ ਪਾਠਕ ਦੀ ਸਮਝ ਜ਼ਿਆਦਾ ਆਉਂਦਾ, ਜਾਂ ਲੇਖਕਾਂ ਨੂੰ ਲਿਖਣਾ ਹੀ ਉੱਦਾਂ ਦਾ ਚਾਹੀਦਾ ਵੀ ਜਿਹੜਾ ਸਧਾਰਨ ਬੰਦੇ ਦੇ ਸਮਝ? ਮੈਨੂੰ ਇਹ ਲੱਗਦਾ ਕਿ ਜਿਹੜਾ ਪਾਠਕ ਇਹ ਕਹਿੰਦਾ ਕਿ ਮੈਨੂੰ ਕਿਤਾਬ ਸਮਝ ਨਹੀਂ ਆ ਰਹੀ, ਮੈਨੂੰ ਲੱਗਦਾ ਪਾਠਕ ਉਸ ਕਿਤਾਬ ਤੱਕ ਹਜੇ ਪਹੁੰਚ ਨਹੀਂ ਪਾਇਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਸੀ ਅਤੇ ਮੇਰੇ ਅੱਗੇ ਉਹ ਨਾਵਲ ਪਏ ਸੀ ਇੰਗਲਿਸ਼ ਦੇ, ਅਨੁਵਾਦਿਤ
कभी भी भीड़ नहीं हुई जी, किसी जगह भी नहीं हुई। आर्ट के फाइन आर्ट के तो वैसे ही विद्यार्थी बहुत घट होंगे ने, तो असी लिटरेचर की उही गल करके 2-4-5% ही रह जाता साढ़े को। असी सारियां तो उम्मीद भी नहीं करते होंगे कि सारे ही गुरदयाल सिंह पढ़ लैणगे जां नानक सिंह पढ़ लैणगे। अज के भी जिन्हें लेखक ने उन्होंने पढ़ने वाले गिनती 5% ही होंगी, लेकिन वो 5% ने ही उन्होंने प्रचार करना होंगे जी। मतलब सुरजीत पात्र सुरजीत पात्र बनने के कितना समय लगता है, नैचुरली वह जो पाठक है वो गल करता, वह शेर सुना जगह जगह, जो जगह जगह शेर सुनाए जाते, किसी एक शेर समझ आता, किसी दो आते, किसी फिर लगता कि मैं किताब मिल जाए। इस तरह पाश नाल होया, इस तरह संत राम उदासी नाल है, डॉक्टर जगतार है, बाबा बलवंत है, डॉक्टर हरभजन सिंह है, उस क्यों। फिर दूसरी गल है कि जिन्होंने बी ए की है तो नैचुरली बी ए सिलेबस का हिस्सा भी बने हुए हैं सारे साहित्यकार। तुसी बहुत लंबे समय तो इधरले जिहड़े कैनेडा अमेरिका के लेखक आ उन्हां दे नाल जुड़े हो जी, म्यार दे विच किते कोई फर्क लगता कि सारे पंजाबी दे जिहड़े इह साहित्यकार ने पंजाब विचले जां विदेशां विचले इक्को म्यार दे ने, जां किते ना किते अजे भी प्रवास दे विच थोड़ा थल्ले ने? नहीं, मैं इहनूं होर तरह कहांगा, प्रवास तो इस करके कह रहा क्योंकि इत्थों दीआं समस्यावां बारे वो गल करदे ने, इत्थों दीआं रिश्तियां दी टुट भज बारे ज़्यादा गल हुंदी है, इत्थों दे एनवायरमेंट बारे गल हुंदी, भू हिरवे की गल हुंदी है, इतों दिया सियासी समस्यावान बारे बहुत घट गल हों, क्योंकि इतने सियासी समस्या मैं लगता है ही नहीं, ठीक है, क्योंकि सानू कोई फोर्सली नहीं करना पैंता स्टेट स्टेट के या सेंटर के अगेंस्ट, जोड़ा सानू पंजाब झलना पैंता जगह जगह, सानू जो उत्थे पुलिस की प्रॉब्लम आती है, थाने की आती है, जो मुजहरे होंगे ने, जो सवेरे जो अखबार पढ़ते अं टॉर्चर होंगे, तो उस टॉर्चर के लिटरेचर के नैचुरली अभी ग्रोप ज़्यादा होंगे वह, तो इतने घट हों शायद, इन्ना की फर्क हैगा। बाकी ये नहीं मैं कह सकता कि हाँ बखरेवा तो होएगा, भाषा का बखरेवा हो जाता। मतलब मेरा कहने का अर्थ है कि जे पहली कतार के लेखक असी पहली कतार के कवि गिण लीए या कहानीकार गिण लीए कि इतने जो लोग आ गए इन्हों के कोई उन्होंने गिणिया जा सकता? प्रवासी साहित्य का एक बकायदा परचा है जिहड़ा उत्थे पढ़ाया जाता है, उहदे विच असीं किन्नियां कि काउंट करते हैं ये डिपेंड करता, उस जरनैल सेखा है, इकबाल रामू वालिया है, जिवें आपां गल कीती, हरप्रीत है, अमनपाल सारा है, नदीम परमार है, रविंदर रवि है, इस तरह के जिहड़े लेखक ने जिन्हां दे एस्टैबलिश हो चुके ने, उन्होंने किताबां उत्थे प्रवास पढ़ाईयां जांदियां प्रवासी साहित्य विच, नैचुरली गल है उन्होंने एक म्यार भी स्थापित किया इन्हां सारिआं लई। एक होर आम तौर पर पंजाब के लेखक इल्जाम लाउंदे आ भी जिहड़े इत्थे आए आ कैनेडा अमेरिका दे विच आ गए भी थोड़े जे डालर चार होंगे दे के कोई भी अपना कच्च घर चीज जी छुपा लेंगे, ये कोई फर्क हैगा? हाँ, काफ़ी हद तक इस गा भी इल्जाम हैगा, ये तो इस कोई दो राय नहीं है, ये उत्थे भी इस तरह होंगे, इस तरह इतने भी होंगे, क्योंकि नवे लेखक नू किताब नए परिंदों को उड़ने में वक्त तो लगता वक्त तो लगता, तो कोई भी प्रकाशक ये नहीं चाहेगा कि मैं वो किताब पब्लिश करा जी मेरे कोई सोर्स नहीं है लगन का, फिर अपने पैसे नाल सोर्स के पैदा करते हैं, जे मैं इनकार कर दिना तो होर 10 पब्लिशर तैयार हो जाते हैं, किताब तो किसी न किसी की पब्लिश होंगी है, असी साडा कोई एडिटोरियल बोर्ड हैगा, असी विचार करते हैं सोचते हैं जी लगता है कि आने वाले समय के पुश हो सकता है या कोई दोबारा लिखेगा पढ़ेगा। मैं तो बहुत बारी लेखकों नाल गल उन्होंने गलबात से पता लग जाता कोई किन्ना को पढ़ रहा हुंदा, तो जिन्ना को ज़्यादा पढ़ रहा उसकी किताब असी पब्लिश कर देने, दूजे को जवाब दे देने, बिल्कुल, पर वो भी कितना कितने छपदियां रहिंदियां ने किताब। बिल्कुल, ये गल समा इस गल भी लगेगा जिवें तुसीं निहदा फाजली उन्होंने गल की है कि जिस्म की बात नहीं थी उनके रूह तक जाना था, लंबी दूरी तय करने वक्त तो लगता है, शायद समा लगेगा सानू भी उस स्थिति ते आउणी। असीं ये गलबात जारी रखते हैं, एक कमर्शियल ब्रेक, उहदे तों बाद हुणे वापस आउंदे हां। दोस्तों, प्रोग्राम दे विच फिर तो स्वागत, असीं अज गलबात कर रहे हैं चेतना प्रकाशन तो सतीश गुलाटी होरां दे नाल पंजाबी विच पुस्तक सभ्याचार बारे। बड़ा लंबा चौड़ा दोस्तों इन्हां दा तजर्बा आया इस खेत्र दे विच, पब्लीकेशन दे खेत्र दे विच, आज आप कवि भी ने, बहुत वड्डे कवि ने पंजाबी दे। एक बड़ी हैरानी की गल तुहानूं भी जाण के होगी कि पिछले 12-13 साल तो कैनेडा अमेरिका दे विच पुस्तकां दी प्रदर्शनी लगती है, पंजाब तो आउंदे आ हर साल 3 महीने 4 महीने 6 महीने जिन्ना चिर भी इतने समा इन्हों को हुंदा एक जगह दे उत्ते प्रदर्शनी लाउंदे। इस वेले वो पुस्तक प्रदर्शनी सरी दे विच लगी है, ये तो बाद इन्हां ने कैनेडा के बाकी शहरों के भी जाना, पहला अमेरिका च गए सी फिर अमेरिका जाना, वो भी आप इन्हां दे नाल गलबात करते हैं कि कित्थे कित्थे इन्हां ने यह प्रदर्शनी लैके जाना। तो तुसीं जेकर कोई जानकारी चाहते हो तुसीं भी 1-888-923-2656 ते कॉल कर सकते हो। सतीश जी, फिर तुसीं गलबात जारी रखते हैं, ये अगे तुहाडा की प्लैन आ कि कि शहरों के तुसीं यह पुस्तक प्रदर्शनी लैके जाना जी? हाँ, जिस कारण असी 16 अगस्त तक इतने साड़ी पुस्तक प्रदर्शनी लगी रहेगी, उस तो बाद असी 4 दिन साडा एडमिंटन का प्रोग्राम है जी, फिर 6 दिन असी कैलगरी
पुस्तक प्रदर्शनी लावांगे, फिर मैं वापस इंडिया जावांगा और फिर असी सितंबर तो 20 तो बाद 20 सितंबर तो बाद असी कैनेडा एक महीना लगातार पुस्तक मेला लगावांगे। कैनेडा सॉरी टोरंटो दे विच, टोरंटो चोके ब्रैम्पटन दे विच असी लगाने हैं, फिर उस तो बाद एक हफ्ता न्यूयॉर्क है, फिर एक हफ्ता यूबा सिटी है जी, सियाटल है, एल ए है, बेकरफील्ड है। 4 दिसंबर तक का मेरा टूर प्रोग्राम है जी, असी 4 दिसंबर तक सारा नॉर्थ अमेरिका दे विच है। एक इत्थे दा तुहाडा कोई कॉन्टैक्ट नंबर जेकर किसी ने तुहाडे नाल? मेरा नंबर 7786802551, 7786802551 2551 जदों भी चाहे मेरे नाल संपर्क कर सकते हैं। मेरा ईमेल है chetanaprakashan@gmail.com या satishgulati1962@gmail.com, उससे संपर्क कर सकते हैं जी। सतीश जी तुसीं पब्लिशर हो नाल नाल पर असल दे विच तुसीं आर्टिस्ट हो, कवि हो। असीं चाहुंदे आ कि तुसीं अपनी ओह नज़म जिहड़ी एक जरूर साडे दर्शकां दे नाल सांझी करो, खासकर एक शब्दां दे बड़े हेर फेर दे नाल, ओह मैनूं थोड़ी थोड़ी याद आ हो के रस्ते रुस्ते किन्ने चिर दे, ओह बड़ी बड़ी प्यारी लगदी आ खास करके मैनूं, जरूर ओह साडे दर्शकां नाल। नवीं किताब दे विच ओह चुप जिहा संवाद मेरी किताब आई है हुण जी, उस दे विच ओह गज़ल है। वो एक्चुअल डॉक्टर राहत तंदौरी ने एक बार बहुत साल पहला गज़ल कही सी, उन्होंने सार्थक ते निरार्थक शब्दों की जुगलबंदी सी, तो मैं उन्होंने अपने ढंग नाल पंजाबी दे विच कहने की कोशिश की थी जी। हल्के फुलके शेर ने उसके जी जी के पुस्तक विच चिने जाते ने अखर उखर सब, पुस्तक विच चिने जाते ने अखर उखर सब, बाबर बूबर अकबर उकबर हाजर नाजर सब, क्या बात। और गर्मी विच भी सर्दी का एहसास दवांदे ने, पखे पुखे एसी उसी कूलर कालर सब, क्या बात है, वाह। पखे पुखे एसी उसी कूलर कालर सब, ठेकेदारां नूं पुछांगे किदां छकदे हो, रेता रूता बजरी बुजरी पत्थर पुथर सब, वाह। रेता रूता बजरी बुजरी पत्थर पुथर सब, एक सिठाणी पुछ रही सी किथों मिलदे ने, कुजे काजे तौड़ी तूड़ी गागर गुगर सब, वाह क्या बात है, कुजे काजे तौड़ी तूड़ी गागर गुगर सब। और अगली पीढ़ी आप अजायब घर विच लभेगी, अगली पीढ़ी आप अजायब घर विच लभेगी, पिपल पुपल टाली टूली किकर कुकर सब, वाकई सच्चा जी, पिपल पुपल टाली टूली किकर कुकर सब, और लोहे दे रुखां ने इत्थों दूर भजा दित्ते, लोहे दे रुखां ने इत्थों दूर भजा दित्ते, चिड़िया चुड़िया तोते ताते तित्तर तुत्तर सब, चिड़िया चुड़िया तोते ताते तित्तर तुत्तर सब। और हुण तां साडी पीढ़ी नूं वी भुलदे जांदे ने जी, अस्सू अस्सू कत्ते कुत्ते मगर मुगर सब, अस्सू अस्सू कत्ते कुत्ते मगर मुगर सब। और जे तंदरुस्ती चाहीदी तां चैक कराउंदे रहो, हार्ट हूट बीपी बूपी शुगर शागर सब, क्या बात, हार्ट हूट बीपी बूपी शुगर शागर सब, क्या बात, बहुत अच्छे जी, बहुत अच्छे, बहुत अच्छे, बड़ा हल्का फुल्का जिहा और बड़े कमाल दे शेर ने सारे। असी उस गल वल वापस आने कि जदों जिहड़ा किताबां दे बारे असीं जदों गल करदे हां, जिहड़े इत्थे दे लेखक ने खास करके जी, उहनां दे विशे ते पंजाब दे लेखक दे विषय, क्योंकि इत्थे आम तौर पर एक भी गल देखण च आउंदी है कि इत्थे जदों आम तौर पर भी लोग आपस दे विच गलबात करदे आ, उहनां कोले गलबात दे विषय बहुत घट आ, बिल्कुल ठीक, जां तां कुछ इंडिया नूं जिहड़ा निंदी जांदे आ, कुछ इंडिया दी सिफत करी जांदे चंगीआं गल्लां दी, विषय बड़े सीमित ने। इह कोई साहित दे विच वी इस तरहां दी गल हैगी? नहीं, साहित्य भी तो विषय बहुत ने, पर सवाल है कि वो अपनी वकैबलरी किन्नी का लेखक की, यह डिपेंड करता। हूँ जोड़े माहौल चो विचरिया, आप पहले यही गल करके हटे कि जोड़ा इतों का लेखक है वो जोड़े माहौल चो विचरिया, नैचुरली तो ज्यादा भूहिरवी की गल आती सी, हूँ तो खैर घट गई बहुत जी, इस वे अजे भी चल रही। मैं यही गल अगला सवाल मेरा यही नहीं, हूँ भूहिरवे की गल नहीं है, वो तो अगर लगता है हूँ क्योंकि इलैक्ट्रॉनिक मीडिया इन्ना आ गया, तुम मिनट मिनट बाद फोन से जुड़े हुए, हूँ भूहिरवा नहीं रहा। लेकिन यह है कि साढ़े को विषय बहुत घट गए इतने, मसलन जिहड़ा मैं पंजाब च मैं जिहड़ी ट्रेजडियां मेरे नाल हुंदियां ने, जां जिहड़ा मैं बर्दाश्त करदा बस ते जावां जां अपनी कार ते जावां, अनुभव ने जिहड़े, जां जिहड़े अनुभव उत्थे ने, जिन्ना टॉर्चर सानूं झलना पैंदा सड़कां ते लंघदिआं, उह इत्थे नहीं झलना पैंदा, इत्थे सारा सिस्टम बहुत वधिया चल रिहा, ते किसे नूं सिस्टम दे खिलाफ तां जाण दी प्रॉब्लम नहीं हुंदी, कोई मुश्किल ही नहीं आउंदी, उह तां खुश हुंदा, मैनूं कहिंदा अरे मैं बहुत खुश हां, हर बंदा चाहुंदा मैं इत्थे वैल सैटल रहां इत्थे, ते उहदे कोले फिर किन्ने विशे रहि जांदे, विशा उहनूं जां तां होर कल्चर च जावे ਸਾਡਾ ਲੇਖਕ ਤੇ ਫਿਰ ਉਹਨੂੰ ਲੱਗੇ ਗੱਲ ਵੀ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ, ਜਾਂ ਸਾਡੇ ਕੋਲ ਘਰਾਂ ਦੀਆਂ ਸਮੱਸਿਆਵਾਂ ਨੇ, ਰਿਸ਼ਤਿਆਂ ਦੀ ਤੋੜ ਭੰਨ ਹੈ, ਟੁੱਟ ਭੱਜ ਜਿਹੜੀ ਇੱਥੇ ਰਿਸ਼ਤਿਆਂ ਦੇ ਵਿੱਚ, ਸਾਡੇ ਉੱਥੇ ਉਹ ਨਹੀਂ ਹੈ। ਮੈਂ ਅਕਸਰ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਕਿ ਸਾਡੇ ਇੱਥੇ, ਮੈਂ ਇੱਕ ਵਾਰੀ ਆਪਣੇ ਸਫ਼ਰਨਾਮੇ 'ਚ ਗੱਲ ਕੀਤੀ ਸੀ, ਜਦੋਂ ਮੈਂ ਕਿਸੇ ਦੇ ਘਰ 'ਚ ਜਾਂਦਾ ਅਤੇ ਜਦੋਂ ਪੌੜੀਆਂ ਚੜ੍ਹ ਰਿਹਾ ਹੁੰਦਾ ਤਾਂ ਮੈਨੂੰ ਐਂ ਲੱਗਦਾ ਲਿਫਨ ਦਾ ਅਹਿਸਾਸ ਹੁੰਦਾ,
ਜਿਵੇਂ ਪੌੜੀਆਂ ਲਿਖਦੀਆਂ ਨੇ ਜਿਸ ਤਰ੍ਹਾਂ, ਤੇ ਮੈਨੂੰ ਲੱਗਦਾ ਕਿ ਉਹ ਕਿਉਂਕਿ ਇੱਥੋਂ ਦੇ ਘਰ ਜਿਹੜੇ ਉਹ ਲੱਕੜ ਦੇ ਬਣੇ ਹੋਏ ਨੇ, ਤੇ ਸਾਡੇ ਜਿਹੜੇ ਘਰ ਹੈ ਪੱਕੇ ਘਰ ਨੇ ਸੀਮੈਂਟਡ ਨੇ, ਤੇ ਉੱਥੇ ਜਿਹੜੀਆਂ ਰਿਸ਼ਤਿਆਂ ਦੀ ਤੋੜ ਟੁੱਟ ਭੱਜਦੀ ਜਿਹੜੀ ਆਵਾਜ਼ ਵੀ ਹੈ ਬਾਹਰ ਨਹੀਂ ਆਉਂਦੀ, ਇੱਥੇ ਬਹੁਤ ਜਲਦੀ ਬਾਹਰ ਆ ਜਾਂਦੀ ਹੈ। ਕਾਰਨ ਹੈ ਕਿ ਉਹ ਟੁੱਟ ਭੱਜਦੇ ਰਿਸ਼ਤਿਆਂ ਦੇ ਰਾਹੀਂ ਸਾਡਾ ਸਾਰਾ ਇੱਥੋਂ ਦਾ ਨਾਵਲ ਉਸਰਦਾ, ਕਹਾਣੀ ਉਸਰਦੀ ਹੈ। ਬੇਸ ਉਹਦਾ ਉਹੀ ਹੁੰਦਾ ਕਿ ਰਿਸ਼ਤਿਆਂ ਦੀ ਟੁੱਟ ਭੱਜ ਦੇ ਵਿੱਚ ਹੋਈਆਂ, ਕਿਸੇ ਦੀ ਕੋਈ ਸਮੱਸਿਆ ਆ ਰਹੀ, ਕਿਸੇ ਦੀ ਕੋਈ, ਸਾਡੇ ਕੋਲ ਸਮੱਸਿਆਵਾਂ ਵੱਖਰੀਆਂ ਨੇ। ਉੱਥੇ ਸਮੱਸਿਆਵਾਂ ਦੇ ਵਿੱਚ ਤੁਸੀਂ ਪੁਸਤਕਾਂ ਦਾ ਪ੍ਰਦਰਸ਼ਨ ਕਰਦੇ ਹੋ, ਹਰ ਇੱਕ ਬੰਦਾ ਚਾਹੁੰਦਾ ਕਿ ਪੰਜਾਬੀ ਤੱਕ ਇਹ ਪਹੁੰਚੇ, ਸਰਕਾਰ ਕੋਈ ਮਦਦ ਕਰਦੀ ਹੈ ਇਹਦੇ 'ਚ? ਸਰਕਾਰ ਦਾ ਤਾਂ ਬਸ ਐਂ ਹੈ ਜੀ, ਉਹ ਸੇਵਾ ਜਿਸ ਤਰ੍ਹਾਂ ਦਾ ਤੁਸੀਂ ਆਪਾਂ ਸੁਣਦੇ ਹਾਂ ਇਸ਼ਾਰਿਆਂ 'ਚ, ਗੱਲ ਆਪਾਂ ਗਜ਼ਲ 'ਚ ਵੀ ਕਰ ਹੀ ਚੁੱਕੇ ਹਾਂ ਕਿ ਸਰਕਾਰ ਦਾ ਕੋਈ ਰੋਲ ਨਹੀਂ ਹੈ। ਹਾਂ, ਪਿਛਲੀਆਂ ਸਰਕਾਰਾਂ ਦਾ ਰੋਲ ਵਧੀਆ ਰਿਹਾ, ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਹਨਾਂ 'ਚ ਲਗਾਤਾਰ ਬਜਟ ਆਉਂਦਾ ਸੀਗਾ ਉੱਥੇ, ਔਰ ਉਹ ਸਾਡੀ ਸਟੇਟ ਦੀ ਤਾਂ ਹਾਲਤ ਸੀ, ਉਹ ਲੈਂਦੇ ਹੀ ਨਹੀਂ ਸੀ, ਲੈਪਸ ਹੋ ਜਾਂਦਾ ਸੀਗਾ। ਅੱਛਾ ਜੀ, ਹੋਰ ਸਟੇਟਾਂ ਦੇ ਵਿੱਚ ਸਾਡੀ ਸਪਲਾਈ ਦਿੱਲੀ 'ਚ ਬਹੁਤ ਜਾਂਦੀ ਰਹੀ ਹੈ, ਲੇਕਿਨ ਪੰਜਾਬ 'ਚ ਨਹੀਂ ਜਾਂਦੀ ਰਹੀ, ਜੰਮੂ ਕਸ਼ਮੀਰ ਜਾਂਦੀ ਰਹੀ ਹੈ, ਹਿਮਾਚਲ ਹਰਿਆਣੇ ਜਾਂਦੀ ਰਹੀ ਹੈ, ਪੰਜਾਬ 'ਚ ਘੱਟ, ਕਿਉਂਕਿ ਸਾਡੇ ਮੈਚਿੰਗ ਗ੍ਰਾਂਟ ਦੀ ਇੱਕ ਸਕੀਮ ਚੱਲਦੀ ਹੈ ਉੱਥੇ। ਅੱਛਾ ਜੀ, ਰਾਜਾ ਰਾਮ ਮੋਹਨ ਰਾਏ ਲਾਇਬ੍ਰੇਰੀ ਫਾਊਂਡੇਸ਼ਨ ਹੈ ਜੀ, ਮਿਨਿਸਟਰੀ ਔਰ ਹਿਊਮਨ ਸੋਰਸ ਦੇ ਨਾਲ ਚੱਲਦੀ ਹੈ ਜੀ, ਉਹ ਹੁੰਦੀ ਹੈ ਕਿ ਜਿੰਨਾ ਸੈਂਟਰ ਪੈਸਾ ਦਿੰਦਾ ਉਹਨਾਂ ਸਟੇਟ ਪੈਸਾ ਪਾਵੇ ਅਤੇ ਉਹਨੇ ਇਹਦੀਆਂ ਕਿਤਾਬਾਂ ਖਰੀਦੀਆਂ ਜਾਣ ਜੀ, ਅਤੇ ਸਟੇਟ ਤਾਂ ਇੱਕ ਰੁਪਇਆ ਵੀ ਨਹੀਂ ਪਾਉਂਦੀ। ਅਤੇ ਜਿਹੜੀਆਂ ਇਗਜ਼ਾਮਪਲ ਹੈ ਕਿ ਦਿੱਲੀ ਦੇ ਵਿੱਚ 1 ਕਰੋੜ ਦੇ ਨਾਲ 1 ਕਰੋੜ ਸਟੇਟ ਪਾ ਕੇ 2 ਕਰੋੜ ਕਰ ਲੈਂਦੀ ਹੈ, ਸਾਡੇ ਇੱਥੇ 1 ਲੱਖ ਵੀ ਨਹੀਂ ਪਾਇਆ ਜਾਂਦਾ, ਅਤੇ ਨੈਚੁਰਲੀ ਉਹ ਲਾਇਬ੍ਰੇਰੀਆਂ 'ਚ ਕਿਤਾਬਾਂ ਨਹੀਂ ਜਾਂਦੀਆਂ। ਜਿਹੜੀਆਂ ਹਰ ਕਾਲਜ ਦੇ ਵਿੱਚ ਇੱਕ ਲਾਇਬ੍ਰੇਰੀ ਆ ਜਾਂ ਡਿਸਟ੍ਰਿਕਟ ਲਾਇਬ੍ਰੇਰੀਆਂ ਨੇ, ਉੱਥੇ ਨਹੀਂ ਜਾਂਦੀਆਂ? ਨਹੀਂ, ਡਿਸਟ੍ਰਿਕਟ ਲਾਇਬ੍ਰੇਰੀ ਤਾਂ ਨਾਂ ਦੀਆਂ ਨੇ ਜੀ, ਲੁਧਿਆਣੇ 'ਚ ਵੀ ਇੱਕ ਲਾਇਬ੍ਰੇਰੀ ਆ, ਉਹਦੇ 'ਚ ਪਿਛਲੇ ਮਤਲਬ ਜਲੰਧਰ ਵੀ ਹੈ, ਜਲੰਧਰ ਵੀ ਹੈ, ਲੇਕਿਨ ਕਿਤਾਬਾਂ 5 ਤੋਂ 10 ਹਜ਼ਾਰ ਦੀਆਂ ਸਾਲ ਦੀਆਂ ਲੈਂਦੇ ਨੇ, ਇਸ ਤੋਂ ਵੱਧ ਨਹੀਂ ਹੁੰਦੀਆਂ ਉੱਥੇ। ਅੱਛਾ ਜੀ, ਹਾਂ, ਜਿਹੜੀਆਂ ਕਾਲਜਾਂ ਦੇ ਵਿੱਚ ਪ੍ਰਾਈਵੇਟ ਕਾਲਜ ਨੇ ਜਿਨ੍ਹਾਂ ਕੋਲ ਆਪਣੇ ਫੰਡ ਹੈਗੇ ਨੇ, ਸੋਰਸ ਹੈਗੇ ਨੇ, ਜਾਂ UGC ਤੋਂ ਗ੍ਰਾਂਟ ਲੈ ਲੈਂਦੇ ਨੇ ਆਪਣੇ ਸੋਰਸ ਰਾਹੀਂ, ਉਹ ਲੈਂਦੇ ਨੇ। ਗੌਰਮੈਂਟ ਕਾਲਜਾਂ ਦੀ ਤਾਂ ਹਾਲਤ ਤਾਂ ਬਹੁਤ ਖਸਤਾ, ਅਤੇ ਪ੍ਰਿੰਸੀਪਲ ਵੀ ਨਹੀਂ ਹੈਗੇ ਬਹੁਤ ਸਾਰੇ ਕਾਲਜਾਂ ਦੇ ਵਿੱਚ, ਟੀਚਰ ਕਿਤਾ ਟੀਚਰ ਹੀ ਹੈ ਨਹੀਂ, ਜੇ 20 ਪੋਸਟਾਂ ਨੇ ਤਾਂ 4 ਟੀਚਰ ਨੇ, ਬਾਕੀ ਤਾਂ ਫਿਰ ਉਹਨਾਂ ਨੇ ਉਹ ਠੇਕੇ 'ਤੇ ਰੱਖਣ ਵਾਲੀ ਗੱਲ ਹੋਈ ਗਈ, ਅਤੇ ਕਿਤਾਬਾਂ ਵੀ ਇਸ ਇਹੀ ਹਾਲਤ ਹੁੰਦੀ ਹੈ ਜੀ। ਸਿਰਫ ਜਿਹੜੇ ਕਿਤਾਬਾਂ ਦੀ ਲੋਕ ਡਿਮਾਂਡ ਕਰ ਰਹੇ ਨੇ, ਜਿਹੜੀ ਜਾ ਰਹੀਆਂ ਨੇ, ਉਹ ਪਾਠਕਾਂ ਦੀ ਹਿੰਮਤ ਸਦਕਾ ਹੈ, ਆਪਣੀ ਹਿੰਮਤ ਸਦਕਾ। ਮੈਂ ਹੈਰਾਨ ਹਾਂ ਕਿ ਸਾਡੇ ਜਿਹੜੇ ਟੀਚਰ ਨੇ, ਜਿਹੜੇ 10 ਤੋਂ 15-20 ਹਜ਼ਾਰ ਰੁਪਇਆ ਤਨਖਾਹ ਮਿਲਦੀ ਹੈ, ਉਹ ਵੀ ਵੱਧ ਕਿਤਾਬਾਂ ਪੜ੍ਹ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਜਿਹੜੇ ਜਿਹੜੇ ਮਤਲਬ ਜਿਹਨਾਂ ਨੂੰ ਆਪਾਂ 1 ਲੱਖ ਰੁਪਇਆ ਕਹਿ ਦਈਏ, ਜਾਂ ਜਿਹੜੇ ਪੱਕੀਆਂ ਪੋਸਟਾਂ 'ਤੇ ਕਹਿ ਸਕਦੇ ਰੈਗੂਲਰ, ਅਤੇ ਉਹਨਾਂ ਨਾਲੋਂ ਜ਼ਿਆਦਾ ਉਹ ਨਵੇਂ ਪੜ੍ਹ ਰਹੇ, ਕਿਉਂਕਿ ਉਹਨਾਂ ਨੇ ਸੈੱਟ ਹੋਣਾ, ਮੈਨੂੰ ਜ਼ਿਆਦਾ ਜੇ ਉਹਨਾਂ ਦਾ ਰੈਵੋਲੂਸ਼ਨ ਆਇਆ ਨਹੀਂ, ਸ਼ਾਇਦ ਆ ਜੇ ਤਾਂ ਸ਼ਾਇਦ ਉਹ ਵੀ ਛੱਡ ਜਾਣ, ਅਤੇ ਇਹ ਇੱਕ ਅਸਲੀਅਤ ਹੈ, ਇਸ ਨੂੰ ਮੰਨਣਾ ਪਏਗਾ ਸਰ ਜੀ। ਸਤੀਸ਼ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ, ਸਮਾਂ ਕੱਢਿਆ, ਸਾਨੂੰ ਪਤਾ ਤੁਸੀਂ ਬਿਜ਼ੀ ਹੁੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਆਪਣੇ ਪਾਠਕਾਂ ਦੇ, ਆਪਣੇ ਸਰੋਤਿਆਂ ਦੇ ਰੂਬਰੂ ਕੀਤਾ, ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਅੱਜ ਅਸੀਂ ਗੱਲਬਾਤ ਕੀਤੀ ਹੈ, ਕੱਲ੍ਹ ਫਿਰ ਇੱਕ ਵੱਖਰੇ ਵਿਸ਼ੇ ਦੇ ਉੱਤੇ ਇੱਕ ਵੱਖਰੇ ਮਹਿਮਾਨ ਦੇ ਨਾਲ ਅਸੀਂ ਫਿਰ ਇਸੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਅਲਵਿਦਾ ਦੋਸਤੋ।